ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਵੰਸ ਅਗੇਨ ਫੋਰ ਜੁਆਇਨਿੰਗ ਅਸ ਇਸ ਘੰਟੇ ਵਾਸਤੇ ਗੱਲ ਕਰਨ ਵਾਸਤੇ ਅਸੀਂ ਸਾਰੇ ਉਹ ਇਕੱਠੇ ਹੁੰਦੇ ਹਾਂ ਜਿਨ੍ਹਾਂ ਨੇ ਸੋਚਿਆ ਹੋਇਆ ਵੀ ਘੰਟਾ ਲਗਾ ਦੇਣਾ ਹੈ ਆਰਾਮ ਨਾਲ ਗੱਲ ਸੁਣਨੀ ਹੈ ਆਪਣੀ ਰਾਏ ਦੇਣੀ ਹੈ ਆਪਣੀ ਯੂ ਨੋ ਐਕਸਪੀਰੀਅੰਸ ਸ਼ੇਅਰ ਕਰਨਾ ਹੈ ਸੋ ਅੱਜ ਵੀ ਉਸੇ ਤਰ੍ਹਾਂ ਇੱਕ ਯੰਗ ਬੋਏ ਉਹਨੇ ਸਾਨੂੰ ਸਵਾਲ ਕੀਤਾ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਇਕੱਲਾ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਬਹੁਤ ਵਾਰੀ ਮੈਂ ਸੁਣਿਆ ਔਰ ਅੱਜ ਦੇ ਘੜੀ ਦੇ ਵਿੱਚ ਨਹੀਂ ਅਸੀਂ ਜਦੋਂ ਯੰਗ ਹੁੰਦੇ ਸੀਗੇ ਯੂ ਨੋ ਤਾਂ ਤੋਂ ਬੱਚੇ ਹੁੰਦੇ ਸੀ ਤਾਂ ਤੋਂ ਇਹ ਚੀਜ਼ਾਂ ਪੁਰਾਣੇ ਜ਼ਮਾਨੇ ਤੋਂ ਚੱਲਦੀਆਂ ਆ ਰਹੀਆਂ ਪਰ ਕਿਸ ਤਰ੍ਹਾਂ ਇਹਦੇ ਬਾਰੇ ਕਿਸ ਤਰ੍ਹਾਂ ਡੀਲ ਕਰੀਏ ਸੋ ਲੈਟ ਮੀ ਸ਼ੇਅਰ ਇਟ ਵਿਦ ਯੂ ਇਹ ਮੁੰਡਾ ਕਹਿੰਦਾ ਕਿ ਇਹ ਇੱਕ ਸੋਸ਼ਲ ਮੀਡੀਆ ਦੇ ਰਾਹੀਂ ਕਿਸੇ ਫਰੈਂਡ ਦੀ ਅੱਗੋਂ ਫਰੈਂਡ ਨੂੰ ਮਿਲਿਆ ਆਪਸ ਵਿੱਚ ਗੱਲਾਂ ਕਰਦੇ ਰਹੇ ਫੋਨਾਂ 'ਤੇ ਯੂ ਨੋ ਸੋਸ਼ਲ ਮੀਡੀਆ ਦੇ ਰਾਹੀਂ ਗੱਲਾਂ ਕਰਦੇ ਰਹੇ ਚੈਟ ਕਰਦੇ ਰਹੇ ਬਟ ਕੋਈ ਵੀ ਇਹਦਾ ਧਿਆਨ ਉਹਦੇ ਵੱਲ ਬਹੁਤ ਸੀ ਮਤਲਬ ਸ਼ੁਰੂ ਤੋਂ ਹੀ ਜਿਵੇਂ ਚੰਗੀ ਲੱਗੀ ਉਹ ਇਹਨਾਂ ਨੂੰ ਬਟ ਫਿਰ ਰੋਮੈਂਟਿਕ ਇੰਟਰਸਟ ਵੱਧਦਾ ਗਿਆ ਪਰ ਕੁੜੀ ਨੇ ਕਦੀ ਵੀ ਇਹ ਨਹੀਂ ਕਿਹਾ ਕਿ ਉਹਨਾਂ ਨੂੰ ਕੋਈ ਰੋਮੈਂਟਿਕ ਇੰਟਰਸਟ ਹੈ ਇਹਨਾਂ ਦੇ ਵਿੱਚ ਇਹ ਜਾਣਦੇ ਨੇ ਮੰਨਦੇ ਨੇ ਪਰ ਹੁਣ ਜਦੋਂ ਕਿ ਇਹਨਾਂ ਨੇ ਖਾਸ ਤੌਰ 'ਤੇ ਜ਼ਾਹਿਰ ਕਰਤਾ ਸ਼ੁਰੂਆਤ ਤੋਂ ਹੀ ਕਹਿੰਦੇ ਮੈਂ ਦੱਸਤਾ ਉਹਨੂੰ ਵੀ ਆਈ ਰੀਅਲੀ ਲਾਈਕ ਯੂ ਮੈਂ ਇਹਨੂੰ ਫਰੈਂਡਸ਼ਿਪ ਨੂੰ ਕਿਤੇ ਹੋਰ ਲੈ ਕੇ ਜਾਣਾ ਚਾਹਾਂਗਾ ਅਤੇ ਉਹ ਕੁੜੀ ਨੇ ਬਿਲਕੁਲ ਕਲੀਅਰਲੀ ਕਿਹਾ ਕਿ ਇਹ ਨਹੀਂ ਹੋ ਸਕਦਾ ਨਹੀਂ ਸ਼ੀ ਸੈਡ ਨੋ ਬਟ ਉਹ ਯੂ ਨੋ ਹੀ ਕੁਡਨਟ ਐਕਸੈਪਟ ਇਟ ਸੋ ਉਹ ਬਾਰ ਬਾਰ ਉਸ ਚੀਜ਼ ਨੂੰ ਪੁੱਛਦੇ ਰਹੇ ਫਿਰ ਇਸ ਗੱਲ ਨੂੰ ਪੁੱਛਣਾ ਬੰਦ ਕਰਤਾ ਫਰੈਂਡਲੀ ਤੌਰ 'ਤੇ ਚੈਟ ਹੁੰਦੀ ਰਹੀ ਪਰ ਅਲਟੀਮੇਟਲੀ ਵੀ ਉਹ ਕਹਿ ਚੁੱਕੀ ਹੈ ਕਿ ਨਹੀਂ ਐਸਾ ਕੋਈ ਚਾਂਸ ਨਹੀਂ ਹੈ ਕਿ ਮੈਂ ਤੁਹਾਨੂੰ ਆਪਣਾ ਰੋਮਾਂਟਿਕ ਪਾਰਟਨਰ ਬਣਾ ਸਕਾਂ ਸੋ ਗੱਲ ਬਿਲਕੁਲ ਬੰਦ ਕਰਨੀ ਮਤਲਬ ਗੱਲ ਕਰਨੀ ਉਹਨਾਂ ਨੇ ਬੰਦ ਕਰਤੀ ਹੈ ਕੁੜੀ ਨੇ ਇਹ ਕਹਿੰਦੇ ਹੈ ਕਿ ਮੇਰੇ ਦਿਮਾਗ 'ਚੋਂ ਕੁੜੀ ਨਿਕਲ ਨਹੀਂ ਰਹੀ ਮੈਂ ਕੀ ਕਰਾਂ ਔਰ ਮੰਨਦੇ ਹੈ ਕਿ ਬਿਲਕੁਲ ਯੂ ਨੋ ਇਰੈਸ਼ਨਲ ਹੈ ਮੇਰਾ ਕਸੂਰ ਹੈ ਕਿਉਂਕਿ ਉਹਨੇ ਤਾਂ ਮੈਨੂੰ ਕਦੀ ਨਹੀਂ ਕਿਹਾ ਕਿ ਮੈਂ ਉਸ ਤਰ੍ਹਾਂ ਸੋਚ ਰਹੀ ਹਾਂ ਔਰ ਜਦੋਂ ਵੀ ਮੈਂ ਉਹਨੂੰ ਕਿਹਾ ਕਿ ਮੈਂ ਸੋਚ ਰਿਹਾ ਉਹਨੇ ਕਿਹਾ ਬਿਲਕੁਲ ਨਹੀਂ ਨੋਟ ਐਟ ਆਲ ਸੋ ਮੰਨਦੇ ਹੈ ਕਿ ਕੁੜੀ ਦੀ ਕੋਈ ਗਲਤੀ ਨਹੀਂ ਹੈ ਗਲਤੀ ਬਈ ਮੇਰੀ ਹੈ ਕਿ ਮੇਰਾ ਦਿਮਾਗ 'ਚੋਂ ਨਹੀਂ ਨਿਕਲ ਰਹੀ ਪਰ ਨਾਲ ਹੀ ਇਹ ਵੀ ਹੈ ਕਿ ਮੈਂ ਕੀ ਕਰਾਂ ਮੇਰੇ ਦਿਮਾਗ 'ਚੋਂ ਨਿਕਲ ਹੀ ਨਹੀਂ ਰਹੀ ਉਹ ਕੁੜੀ ਮੈਂ ਆਪਣੇ ਦਿਮਾਗ 'ਚੋਂ ਕੱਢਾਂ ਕਿਵੇਂ ਮਤਲਬ ਆਈ ਐਮ ਲਾਈਕ ਹਰਟਿੰਗ ਕਿਉਂਕਿ ਪਤਾ ਹੈ ਕਿ ਗਲਤ ਹੈ ਪਤਾ ਹੈ ਕਿ ਵਰਥਲੈਸ ਹੈ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਉਸ ਥੋਟ ਦਾ ਪਰ ਇੱਕ ਥੋਟ ਹੈ ਜਿਹੜੀ ਬਾਰ ਬਾਰ ਉੱਥੇ ਹੀ ਲੈ ਕੇ ਜਾਂਦੀ ਹੈ ਪੁੱਛਦੇ ਨੇ ਕਿ ਐਸੀ ਸਿਚੁਏਸ਼ਨ ਦੇ ਵਿੱਚ ਜਦਕਿ ਪਤਾ ਹੈ ਕਿ ਇਸ ਚੀਜ਼ ਦਾ ਕੋਈ ਹੱਲ ਨਹੀਂ ਉਹ ਕਲੀਅਰਲੀ ਨਾ ਕਰ ਚੁੱਕੀ ਹੈ ਕੋਈ ਇਹਨਾਂ ਨੂੰ ਫਿਊਚਰ ਨਹੀਂ ਲੱਗ ਰਿਹਾ ਉਹਦੇ ਵਿੱਚ ਬਟ ਫਿਰ ਵੀ ਥੋਟਸ ਹੈ ਦਿਮਾਗ ਹੈ ਕਿ ਆਪਣੇ ਵੱਸ ਨਹੀਂ ਹੈ ਉਹ ਫਿਰ ਘੜੀ ਮੁੜੀ ਉਸੀ ਕੁੜੀ 'ਤੇ ਜਾਂਦਾ ਹੈ ਪੁੱਛ ਰਹੇ ਹੈ ਕਿ ਮੈਂ ਕੀ ਕਰਾਂ ਆਈ ਅੰਡਰਸਟੈਂਡ ਕਿ ਯੂ ਨੋ ਹੋ ਸਕਦਾ ਹੈ ਇਹਨੂੰ ਮੈਂ ਕੀ ਕਵਾਂ ਵਨ ਸਾਈਡਿਡ ਲਵ ਬ੍ਰੇਕਅਪ ਵੀ ਨਹੀਂ ਕਹਿ ਸਕਦੇ ਇਹਨੂੰ ਕਿਉਂਕਿ ਉੱਧਰੋਂ ਤਾਂ ਕੁਛ ਸੀਗਾ ਹੀ ਨਹੀਂ ਐਂਡ ਇੱਕ ਓਬਸੈਸਿਵ ਥੋਟ ਦੇ ਵਿੱਚ ਮੈਂ ਇਹਨੂੰ ਜ਼ਰੂਰ ਥੋਟ ਪਾ ਸਕਦੀ ਹਾਂ ਬਿਕੋਜ਼ ਠੀਕ ਹੈ ਪਸੰਦ ਸੀ ਹੋ ਸਕਦਾ ਜਿਸ ਪੀਰੀਅਡ ਵਿੱਚ ਇਹ ਕੋਸ਼ਿਸ਼ ਕਰ ਰਹੇ ਸੀ ਕਿ ਉਹਦੀ ਹਾਂ ਹੋ ਜਾਏ ਅਤੇ ਬੜੀ ਵਾਰੀ ਇੱਕ ਐਕਸਪੈਕਟੇਸ਼ਨ ਜਾਂ ਇੱਕ ਖੁਆਬ ਯੂ ਨੋ ਸ਼ੁਰੂ ਹੋ ਜਾਂਦੇ ਕਿ ਹਾਂ ਇੰਝ ਹੋਏਗਾ ਬਾਏ ਚਾਂਸ ਜੇ ਮੰਨ ਗਈ ਨਾ ਤਾਂ ਇਹ ਹੋਏਗਾ ਅਸੀਂ ਇਕੱਠੇ ਹੋਵਾਂਗੇ ਅਸੀਂ ਯੂ ਨੋ ਵੀ ਕੈਨ ਲਿਵ ਅ ਲਾਈਫ ਟੂਗੈਦਰ ਤੁਸੀਂ ਡਰੀਮ ਕਰਨ ਲੱਗ ਜਾਂਦੇ ਹੋ ਪਰ ਫਿਰ ਜਦੋਂ ਫਾਈਨਲੀ ਕਿ ਬਈ ਨਹੀਂ ਹੋ ਸਕਦਾ ਤਾਂ ਦਿਮਾਗ ਉੱਥੋਂ ਹਟਣ ਤੋਂ ਇਨਕਾਰ ਕਰੀ ਜਾ ਰਿਹਾ ਸੋ ਇਹੋ ਜਿਹੀਆਂ ਥੋਟਸ ਨੂੰ ਅਸੀਂ ਹੋਰ ਵੀ ਕਈ ਥੋਟਸ ਹੋ ਸਕਦੀਆਂ ਜਿਹੜੀਆਂ ਕਿ ਨੋਟ ਨੈਸੈਸਰੀ ਗਰਲ ਔਰ ਅ ਬੋਏ ਬਟ ਇੱਕ ਓਬਸੈਸਿਵ ਥੋਟ ਜਿਹਦੇ ਬਾਰੇ ਤੁਹਾਨੂੰ ਪਤਾ ਹੈ ਜਿਵੇਂ ਮੇਰੇ ਨਾਲ ਇਹ ਜਦੋਂ ਗੱਲ ਕਰ ਰਹੇ ਸੀ ਇਹਨਾਂ ਨੇ ਬੜਾ ਕਲੀਅਰਲੀ ਦੱਸਿਆ ਕਿ ਮੈਨੂੰ ਪਤਾ ਹੈ ਕਿ ਇਹਦਾ ਫਿਊਚਰ ਨਹੀਂ ਮੈਨੂੰ ਪਤਾ ਹੈ ਕਿ ਮੈਂ ਗਲਤ ਤਰੀਕੇ ਨਾਲ ਗਲਤ ਸੋਚ ਰਿਹਾ ਇਹਦਾ ਮੈਨੂੰ ਕੋਈ ਫਾਇਦਾ ਨਹੀਂ ਹੋਣਾ ਬਟ ਕੀ ਕਰਾਂ ਮੇਰੇ ਵੱਸ ਨਹੀਂ ਸੋ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਤੁਹਾਡੇ ਯੂ ਨੋ ਧਿਆਨ 'ਚ ਆਉਂਦਾ ਹੋਏ ਕਿ ਐਸਾ ਜਦੋਂ ਇਹ ਸਿਚੁਏਸ਼ਨ ਹੋਏ ਤਾਂ ਕੀ ਕਰਨਾ ਚਾਹੀਦਾ ਵੈਸੇ ਅਸੀਂ ਦੂਜੇ ਪਾਸੇ ਦੇਖੀਏ ਜਿੱਥੇ ਕਿ ਰੋਮੈਂਟਿਕ ਇੰਟਰਸਟ ਦੋਨਾਂ ਦਾ ਹੋਏ ਦੋ ਅਡਲਟਸ ਯੂ ਨੋ ਜਿਹਨਾਂ ਦੀ ਕੌਨਸੈਂਟ ਹੋਏ ਜਿਹਨਾਂ ਦੀ ਰਜ਼ਾਮੰਦੀ ਹੋਏ ਕਿ ਹਾਂ ਦੋਨੋਂ ਜਣੇ ਅਸੀਂ ਆਪਸ ਵਿੱਚ ਪਾਰਟਨਰਸ ਕਦੀ ਬਣਾਂਗੇ ਔਰ ਫਿਰ ਬ੍ਰੇਕਅਪ ਹੋ ਜਾਏ ਤਾਂ ਵੀ ਦਿਲ ਬੜਾ ਕਹਿੰਦੇ ਨੇ ਬਹੁਤ ਬੁਰੀ ਤਰ੍ਹਾਂ ਟੁੱਟਦਾ
ਔਰ ਉਹ ਜਿਹੜਾ ਦਰਦ ਹੈ ਉਹ ਬਹੁਤ ਵੱਡੀ ਹੈ। ਪਰ ਇੱਥੇ ਤਾਂ ਜਦ ਕੁੜੀ ਦਾ ਕੋਈ ਰਜ਼ਾਮੰਦੀ ਨਹੀਂ, ਸਿਰਫ ਤੁਹਾਡਾ ਧਿਆਨ ਗਿਆ ਉਸ ਪਾਸੇ, ਔਰ ਤਾਂ ਵੀ ਮਨ ਹਟਾਉਣਾ ਮੁਸ਼ਕਿਲ ਹੋਇਆ ਹੋਇਆ, ਸੋ ਕੀ ਕਹਿੰਦੇ ਹੋ, ਕੀ ਕਰਨਾ ਚਾਹੀਦਾ ਇਹਨਾਂ ਨੂੰ? ਜ਼ਰੂਰ ਦੱਸੋ, ਜ਼ਰੂਰ ਕਾਲ ਕਰੋ, ਕਿਉਂਕਿ ਮੈਂ ਸਮਝ ਸਕਦੀ ਹਾਂ ਕਿ ਕਈ ਕਹਿਣਗੇ ਕਿ ਨਹੀਂ, ਇਹ ਸਾਡਾ ਐਕਸਪੀਰੀਅੰਸ ਨਹੀਂ ਹੈ ਇਸ ਵਿੱਚ। ਪਰ ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ, ਇਹ ਥੋਟ ਹੈ, ਕਈ ਥੋਟਸ ਜਿਹੜੀਆਂ ਸਾਡੀਆਂ ਹੁੰਦੀਆਂ, ਜਿਹੜੀਆਂ ਬਾਰ ਬਾਰ, ਸਾਨੂੰ ਪਤਾ ਹੁੰਦਾ ਕਿ ਮੇਰੀ ਥੋਟ ਦਾ ਇਹਦਾ ਫਾਇਦਾ ਕੋਈ ਨਹੀਂ, ਯੂ ਨੋ, ਪਰ ਉਹ ਥੋਟ ਬਾਰ ਬਾਰ ਆਉਂਦੀ ਹੈ। ਉਹ ਉਸ ਸਿਚੁਏਸ਼ਨ 'ਚ ਜੋ ਕੋਈ ਕਰੇਗਾ, ਉਹ ਇਹ ਜਿਹੜਾ ਬੱਚਾ ਹੈ ਉਹ ਵੀ ਜ਼ਰੂਰ ਇਸ ਸਿਚੁਏਸ਼ਨ 'ਚ ਕਰ ਸਕਦਾ। ਸੋ ਜ਼ਰੂਰ ਆਪਣੇ ਐਕਸਪੀਰੀਅੰਸਿਸ, ਆਪਣੀਆਂ ਥੋਟਸ ਕਾਲ ਕਰਕੇ ਇਹਨਾਂ ਨਾਲ ਸ਼ੇਅਰ ਕਰੋ। ਦੇਖਦੇ ਹਾਂ ਸਾਰੇ ਕੀ ਕਹਿੰਦੇ ਹੈ, ਕਿਉਂਕਿ ਜਿਸ ਤਰ੍ਹਾਂ ਮੰਨ ਰਹੇ ਹੈ ਕਿ ਮੇਰੇ ਤੋਂ ਮੈਨੂੰ ਮੇਰੇ ਕੰਟਰੋਲ 'ਚ ਨਹੀਂ ਹੈ, ਪਰ ਮੈਨੂੰ ਪਤਾ ਹੈ ਕਿ ਮੇਰਾ ਕੋਈ ਫਾਇਦਾ ਨਹੀਂ ਹੋਣਾ, ਉਹ ਇੱਕ ਡੈਫੀਨੇਟਲੀ ਇੱਕ ਇਸ਼ਾਰਾ ਇਸ ਵੱਲ ਕਿ ਇਹ ਚੀਜ਼ ਜਿਹੜੀ ਹੈ ਉਹ ਕੰਟਰੋਲ ਤੋਂ ਬਾਹਰ ਹੋਈ, ਜਾਂ ਅਬਸੈਸਿਵ ਥੋਟ ਜਿਹੜੀ, ਯੂ ਨੋ, ਬਾਰ ਬਾਰ ਇਰਰੈਸ਼ਨਲ ਥੋਟ ਤੁਹਾਨੂੰ ਤੰਗ ਕਰਦੀ ਰਹਿੰਦੀ ਹੈ। ਸੋ ਜ਼ਰੂਰ ਮੈਨੂੰ ਦੱਸੋ ਕੀ ਕਹਿੰਦੇ ਹੋ, ਦੇਖਦੇ ਹਾਂ ਕੀ ਸਾਰੇ ਕਹਿ ਰਹੇ ਨੇ, ਔਰ ਫਿਰ ਮੈਂ ਆਪਣੀ ਜਿਹੜੇ ਸਾਡੇ ਕਈ ਵਾਰੀ ਪਹਿਲੇ ਸ਼ਾਮਿਲ ਵੀ ਹੋਏ ਨੇ ਡਾਕਟਰ ਜਸਜੀਤ ਕੌਰ, ਉਹਨਾਂ ਦੇ ਵੀ ਵਿਊਜ਼ ਲਏ ਹੈ ਇਹਦੇ ਬਾਰੇ, ਸੋ ਆਈ ਵਿਲ ਡੈਫੀਨੇਟਲੀ ਸ਼ੇਅਰ ਦੈਟ ਆਲਸੋ। ਪਰ ਤੁਸੀਂ ਸਾਰੇ ਐਜ਼ ਅ ਸੋਸ਼ਲ, ਯੂ ਨੋ, ਇਹ ਅਸੀਂ ਸਾਡੇ ਬੱਚਿਆਂ 'ਚ, ਸਾਡੇ 'ਚ ਕਈ ਵਾਰੀ ਐਸੀ ਚੀਜ਼ ਹੁੰਦੀ ਹੈ ਜਿਹੜੀ ਥੋਟ ਤੰਗ ਕਰਦੀ ਰਹਿੰਦੀ ਹੈ, ਉਹਦੇ ਵਿੱਚ ਕੀ ਕਰਨਾ ਚਾਹੀਦਾ, ਔਰ ਖਾਸ ਤੌਰ 'ਤੇ ਇੱਥੇ ਕਿ ਜਿੱਥੇ ਕੁੜੀ ਪਸੰਦ ਆ ਗਈ, ਔਰ ਉਹਨਾਂ ਨੂੰ ਕੀ ਕਰਨਾ ਚਾਹੀਦਾ। ਲੈਟਸ ਸੀ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ ਜਸਪ੍ਰੀਤ, ਆਈ ਰੀਅਲੀ ਐਪਰੀਸ਼ੀਏਟ ਦਿਸ, ਕਿਉਂਕਿ ਕਈ ਜਿਹੜੀਆਂ ਸਿਚੁਏਸ਼ਨਸ ਹੈ ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਸੁਣਦਾ ਹੋਣਾ ਨਾ, ਉਹਨਾਂ ਨੂੰ ਲੱਗਦਾ ਹੋਣਾ ਕਿ ਸੁਣਨਾ ਜ਼ਰੂਰੀ ਹੈ, ਕਿਉਂਕਿ ਮੈਨੂੰ ਸਾਰੇ ਦੱਸਦੇ ਹਾਂ ਅਸੀਂ ਸ਼ਾਮਿਲ ਵੀ ਜ਼ਰੂਰ ਹੁੰਦੇ ਹਾਂ, ਸੁਣਦੇ ਵੀ ਜ਼ਰੂਰ ਹਾਂ, ਪਰ ਕਾਲ ਨਹੀਂ ਕਰਦੇ। ਉਹ ਸ਼ੁਰੂਆਤ ਦੇ ਵਿੱਚ ਡੈਫੀਨੇਟਲੀ ਉਹ ਸੋਚਦੇ ਹੋਣੇ ਨੇ ਕਿ ਅਸੀਂ ਜਵਾਬ ਦਈਏ ਤਾਂ ਦਈਏ ਕੀ, ਪਰ ਥੈਂਕ ਯੂ ਸੋ ਮਚ ਕਿ ਤੁਸੀਂ ਮੇਰੇ, ਯੂ ਨੋ, ਇੰਨਾ ਸਪੋਰਟ ਕਰਦੇ ਹੋ ਕਿ ਤੁਸੀਂ ਕਾਲ ਕਰਦੇ ਹੋ, ਐਂਡ ਯੂ ਨੋ, ਜੋ ਵੀ ਸਮਝ ਆਉਂਦੀ ਹੈ ਉਹਦੇ ਵਿੱਚ ਤੁਸੀਂ ਕੰਟਰੀਬਿਊਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਸੋ ਆਈ ਵਿਲ ਟੇਕ ਦਿਸ ਅ ਮਿਨਟ ਟੂ ਥੈਂਕ ਯੂ। ਸੋ ਜਸਪ੍ਰੀਤ ਦੱਸੋ, ਬਹੁਤ ਕ੍ਰੈਡਿਟ ਦਿੰਦੀ ਆ ਇਹੋ ਜਿਹੇ ਸ਼ੋ ਦੇ ਐਂਕਰ ਹੋਣ ਲਈ, ਸੋ ਮੈਂ ਕਹਾਂਗੀ ਤੁਸੀਂ ਮੇਰੇ ਇੱਕ ਤਰ੍ਹਾਂ ਦੇ ਰੋਲ ਮਾਡਲ ਹੈਗੇ। ਓ, ਅਸੀਂ ਤਾਂ ਇੱਕ ਦੂਜੇ ਦੀ ਤਾਰੀਫ ਕਰਨ ਲੱਗ ਗਏ ਬਈ, ਸਾਰਿਆਂ ਨੂੰ ਦੱਸਦੀ ਅਸੀਂ ਇੱਕ ਦੂਜੇ ਨੂੰ ਕੁਝ ਦਿੱਤਾ ਲਿੱਤਾ ਨਹੀਂ ਹੈ, ਇਹ ਕਹਿਣ ਵਾਸਤੇ ਇੱਕ ਦੂਜੇ ਬਾਰੇ, ਕਿਉਂਕਿ ਫੇਵਰਿਟ ਕਲਰ ਵੀ ਪਾਇਆ ਹੋਇਆ ਹੈ। ਓਕੇ, ਬਹੁਤ ਅੱਛਾ ਸਵਾਲ ਆ, ਮੈਂ ਤੁਸੀਂ ਕੀ ਕਹਿੰਦੇ ਹੋ ਬਈ, ਇਹ ਮੈਨੂੰ ਤਰਸ ਵੀ ਆ ਰਿਹਾ ਉਹਦੇ ਤੇ deserves it. It's a waste of time.
ਤੇ ਲਾਈਫ ਆਪਣੇ ਆਪ ਨੂੰ ਕਹਿੰਦੇ ਬਹੁਤ ਸ਼ਾਰਟ ਹੈਗੀ ਤੇ ਆਪਣਾ ਟਾਈਮ ਬਿਲਕੁਲ ਨਾ ਵੇਸਟ ਕਰ। ਸਹੀ ਹੈ, ਸਹੀ ਹੈ। ਰਾਈਟ ਤੇ ਫਨ ਚੀਜ਼ਾਂ ਕਰਨ, ਜੋ ਚੀਜ਼ਾਂ ਇੰਜੋਏ ਕਰਦੇ ਆ ਤੇ ਹੌਲੀ ਹੌਲੀ ਉਹਦੇ ਬਾਰੇ ਘੱਟ ਸੋਚਿਆ ਕਰਨਗੇ। ਬਹੁਤ ਵਧੀਆ, time is yeah, thank you so much Jaspreet, really very helpful tips. Let me take a short break and come back. ਸਾਰਿਆਂ ਦਾ ਫਿਰ ਸਵਾਗਤ ਹੈ। ਜਸਪ੍ਰੀਤ ਜੀ ਨੇ ਕੁਛ ਸਬਸਟੀਟਿਊਟ ਟੈਕਨੀਕਸ, ਕੁਝ ਡੂਜ਼ ਐਂਡ ਡੋਨਟਸ ਦੱਸੇ ਆ ਮੁੰਡੇ ਵਾਸਤੇ। ਤੁਸੀਂ ਵੀ ਕੀ ਕਹਿੰਦੇ ਹੋ ਜ਼ਰੂਰ ਕਾਲ ਕਰਕੇ ਦੱਸੋ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਦੱਸੋ ਕੀ ਕਹਿੰਦੇ ਹੋ। ਥੈਂਕ ਯੂ ਫੋਰ ਕਾਲਿੰਗ। ਹਾਂਜੀ ਮੈਂ ਇਹ ਕਹਿਣੀ ਆ, ਵੈਸੇ ਆਪਾਂ ਤਾਂ ਨਹੀਂ ਲੰਘੇ ਇਹਦੇ ਵਿੱਚ ਦੀ ਕੋਈ ਵੀ, ਹਾਂਜੀ, ਪਰ ਅੱਜ ਕੱਲ ਦੇ ਜਵਾਨੇ ਨੂੰ ਦੇਖ ਕੇ ਲੱਗਦਾ ਏ ਕਿ ਕੋਈ ਨਾ ਕੋਈ ਟਾਈਮ ਹੁੰਦਾ, ਕੋਈ ਨਾ ਕੋਈ ਗੱਲ ਹਰ ਬੰਦੇ ਦੇ ਨਾ ਉਹ ਕਹਿੰਦੇ ਹੁੰਦੇ ਭੂਤ ਸਵਾਰ ਹੋ ਜਾਂਦਾ ਏ, ਹਾਂਜੀ, ਉਹਦੇ ਵਿੱਚੋਂ ਨਹੀਂ ਅਸੀਂ ਨਿਕਲ ਸਕਦੇ ਕੋਈ ਵੀ ਆ। ਮੈਂ ਨੀ ਆ, ਜੇ ਮੈਂ ਆ ਮੇਰੇ ਦਿਮਾਗ ਦੇ ਉੱਤੇ ਕੋਈ ਗੱਲ ਚੜ ਗਈ ਆ ਤੇ ਮੈਂ ਵੀ ਮਤਲਬ ਉਹਦਾ ਪੂਰਾ ਕਰਨ ਦੀ ਕੋਸ਼ਿਸ਼ ਕਰੂੰਗੀ। ਬਿਲਕੁਲ ਬਿਲਕੁਲ। ਤੇ ਅੱਜ ਕੱਲ ਦਾ ਜਵਾਨਾ ਕੋਈ ਉਹ ਜਵਾਨਾ ਨੀ ਗਾ ਜਿਹੜਾ ਪਹਿਲਾਂ ਸੀਗਾ 30-35 ਸਾਲ ਪਹਿਲਾਂ। ਉਹ ਕੁੜੀ ਦੇ ਨਾਲ ਗੱਲਬਾਤ ਕਰੇ ਤੇ ਬਿਲਕੁਲ ਉਹਦੇ ਕੋਲੇ ਪਹੁੰਚਣ ਦੀ ਕੋਸ਼ਿਸ਼ ਕਰੇ ਵੀ ਮੇਰੇ ਦਿਮਾਗ ਦੇ ਉੱਤੇ ਇਹ ਭੂਤ ਸਵਾਰ ਹੈਗਾ ਏ। ਪਰ ਉਹ ਕਰ ਚੁੱਕਾ ਏ, ਉਹ ਗਿਆ ਸੀ ਉੱਥੇ। ਚਲੋ ਇਹ ਵੀ ਤੁਸੀਂ ਗੱਲ ਜ਼ਿਕਰ ਕੀਤਾ ਤੇ ਮੈਂ ਡਿਟੇਲ ਕਿ ਉਹ ਮਿਲਿਆ ਉਹਨੂੰ ਇੱਕ ਵਾਰੀ, ਉਹ ਮਿਲੀ ਹੈ ਔਰ ਫਿਰ ਕਹਿੰਦੀ ਕਿ ਨਹੀਂ ਹੋ ਸਕਦਾ, ਬਸ ਮੈਂ ਕਹਿਤਾ। ਸੋ ਨੋ ਮੀਨਸ ਨੋ, ਤੇ ਆਪਣਾ ਮਾੜਾ ਮੋਟਾ ਜਿਹੜਾ ਵੀ ਆ ਠੀਕ ਆ। ਕਈ ਵਾਰੀ ਪਤਾ ਕੀ ਆ, ਕੋਈ ਇਹੋ ਜਿਹਾ ਪਿਆਰ ਹੁੰਦਾ ਏ ਜਿਹੜਾ ਪਿਆਰ ਸਿਰੇ ਨੀ ਚਾਹੇ ਕੋਈ ਗੱਲ ਨੀ ਹੁੰਦੀ ਗੀ, ਪਰ ਕਈ ਵਾਰੀ ਹੁੰਦਾ ਸਾਨੂੰ ਇੱਕ ਦੂਜੇ ਨੂੰ ਦੇਖ ਕੇ ਹੀ ਉਹ ਹੋ ਜਾਂਦਾ। ਹਾਂ ਵੀ ਕੋਈ ਵਿੰਡੋ ਦਾ ਪਿਆਰ ਹੀ ਸਮਝ ਲਓ ਜਿਵੇਂ ਹੁੰਦਾ ਏ, ਉਹਦਾ ਦਰਵਾਜ਼ਾ ਨੀ ਖੁੱਲਿਆ ਅੱਜ ਕੋਈ ਵੀ, ਚਾਹੇ ਰਿਸ਼ਤਾ ਉਹਦੇ ਨਾਲ ਕੋਈ ਵੀ ਹੋਵੇ ਸਾਡਾ, ਹੈ ਜੀ। ਤੇ ਕਈ ਵਾਰੀ ਅਸੀਂ ਇੱਕ ਦੂਜੇ ਨੂੰ ਦੇਖ ਕੇ ਮਤਲਬ ਕਿ ਸੈਟਿਸਫਾਈਡ ਹੋ ਜਾਂਦੇ ਹੈਗੇ ਆ। ਸੋ ਇਹਨਾਂ ਨੂੰ ਕੀ ਕਹੋਗੇ ਤੁਸੀਂ, ਕਿਉਂਕਿ ਜੇ ਕੋਈ ਦਿਮਾਗ ਦੇ ਵਿੱਚ ਆਇਆ ਪਤਾ ਤੇ ਲੱਗੇ ਨਾ, ਹਾਂਜੀ ਟੱਕਰ ਤੇ ਲੈਣੀ ਆ ਫਿਰ। ਇੱਕ ਵਾਰ ਦੋ ਵਾਰ, ਇੱਕ ਵਾਰੀ ਕਹੇ ਤਾਂ ਠੀਕ ਆ, ਮੈਥੋਂ ਨਹੀਂ ਰੁਕਿਆ ਜਾਂਦਾ ਹੈਗਾ। ਹਾਂ ਫਿਰ ਕਹਿਤਾ, ਹੁਣ ਕੀ ਕਰਨ, ਉਹ ਫਾਈਨਲੀ ਬੜੀ ਵਾਰੀ ਕਹਿਤਾ, ਆਪਦਾ ਦਿਮਾਗ ਸਮਝ ਲੈਣ ਵੀ ਉਹ ਮੇਰੇ ਘਰ ਵਾਲੀ ਹੈ ਜਾਂ ਮੇਰੀ ਆਈ ਕੀ ਆ, ਉਹ ਹੈ ਆਪਣੇ ਆਪ ਹੀ ਨਿਕਲ ਜੂਗਾ ਜਦੋਂ ਦਿਮਾਗ ਦੇ ਵਿੱਚੋਂ ਕੋਈ ਟਾਈਮ ਹੁੰਦਾ ਹੈ ਕੋਈ ਚੀਜ਼ ਦਾ ਆਉਂਦੀ ਆ, ਉਹ ਵੀ ਟਾਈਮ ਨਾਲ ਆ ਤੇ ਜਾਂਦੀ ਆ, ਉਹ ਵੀ ਟਾਈਮ ਨਾਲ ਹੀ ਜਾਂਦੀ ਆ। ਠੀਕ ਹੈ, ਠੀਕ ਹੈ, ਹਾਂਜੀ ਆਪਣੇ ਵੱਲੋਂ ਸਮਝੇ, ਹਾਂ ਬਈ ਮੈਂ ਮੇਰਾ ਉਹਦੇ ਤੇ ਦਿਲ ਆਇਆ ਵਾ, ਮੇਰੀ ਉਹ ਹੈਗੀ ਆ, ਚਾਹੇ ਅਸੀਂ ਨਹੀਂ ਬੋਲਦੇ ਚਾਹੇ ਗੱਲ ਨਹੀਂ ਕਰਦੇ ਗੇ, ਤੇ ਜੇ ਕਿਤੇ ਮੌਕਾ ਮਿਲੇ ਗੱਲ ਵੀ ਕਰੇ ਤੇ ਫਿਰ ਟੱਕਰਾਂ ਤੇ ਲੈਣਾ ਹੀ ਪਊਗਾ, ਦੋ ਜੁੱਤੀਆਂ ਵੀ ਖਾ ਲਵੇ ਤੇ ਤਾਂ ਵੀ ਕੋਈ ਗੱਲ ਨੀ ਗੀ, ਤੇ ਬੋਲੂਗੀ ਤੇ ਤਾਂ ਵੀ ਕੋਈ ਗੱਲ ਨੀ। ਨਹੀਂ ਜਿਹਦੇ ਤੇ ਜੇ ਅਸੀਂ ਹੱਕ ਸਮਝਦੇ ਆ ਤੇ ਸਾਨੂੰ ਸੁਣਨ ਦੀ ਵੀ ਕਪੈਸਿਟੀ ਸਾਡੇ ਵਿੱਚ ਹੋਣੀ ਚਾਹੀਦੀ ਆ ਕਿ ਇਹਦੇ ਵਿੱਚ ਸਾਡਾ ਨਤੀਜਾ ਇਹ ਵੀ ਹੋ ਸਕਦਾ ਏ ਜੇ ਟੱਕਰਾਂ ਲੈਣਾ ਹੀ ਆ ਤੇ। ਠੀਕ ਹੈ ਸੁਰਿੰਦਰ ਜੀ, ਇਹ ਵੀ ਇੱਕ ਦਿਮਾਗ ਨੂੰ ਵੱਡਾ ਕਰਕੇ ਠੀਕ ਅੱਗੇ ਵਧੋ। ਠੀਕ ਹੈ, ਬਹੁਤ ਵਧੀਆ, ਹਾਂਜੀ ਫਿਰ ਯਾਦ ਤਾਂ ਰਹੂਗਾ ਨਾ ਵੀ ਮੈਂ ਇਹ ਕੀਤਾ ਸੀ। ਠੀਕ ਹੈ, ਹਾਂਜੀ ਗਾਹ ਨੂੰ ਵੀ ਬੰਦਾ ਕਿਸੇ ਨੂੰ ਕਹਿਣ ਜੋਗਾ, ਸਲਾਹ ਤਾਂ ਆਉਂਦੀਆਂ ਹੀ ਰਹਿੰਦੀਆਂ, ਕੋਈ ਕਿਸੇ ਨੂੰ ਦੇਣੀ ਹੋਵੇ ਹਾਂ ਬਈ ਲਓ ਪੰਗਾ, ਜ਼ਰੂਰ ਲਓ ਪੰਗਾ। ਪਰ ਉਹੀ ਤੁਹਾਡੇ ਮਤਲਬ ਹੈ ਕਿ ਪੂਰੀ ਆਪਣੀ ਕੋਸ਼ਿਸ਼ ਕਰ ਲਓ, ਪਰ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨ ਨਾਲ ਮੱਕੜੀ ਨੇ ਜਾਲ ਜਿਵੇਂ ਵਿਛਾਉਂਦੀ ਆ ਡਿੱਗਦੀ ਆ ਨਾ ਉਹ। ਬਹੁਤ ਵਧੀਆ ਸੁਰਿੰਦਰ ਜੀ, ਇੱਕ ਵਾਰੀ ਕਹੇ ਤੋਂ ਕੋਈ ਨਹੀਂ ਹੁੰਦਾ, ਦੋ ਵਾਰੀ ਕਰੋ, ਤਿੰਨ ਵਾਰੀ ਕਰੋ, ਜਿੰਨਾ ਚਿਰ ਮੈਂ ਨਹੀਂ ਕੋਈ ਗੱਲ ਬਣਦੀ ਗੀ, ਚਾਹੇ ਤਾਂ ਜੁੱਤੀਆਂ ਖਾ ਕੇ ਥੱਲੇ ਡਿੱਗ ਪਾਉਂਗੇ ਤੇ ਨਹੀਂ ਉੱਤੇ ਚੜ ਜਾਉਂਗੀ। ਬਹੁਤ ਵਧੀਆ ਸੁਰਿੰਦਰ ਜੀ, ਥੈਂਕ ਯੂ ਸੋ ਮਚ। ਇਹ ਵੀ ਇੱਕ ਓਪੀਨੀਅਨ ਹੈ, ਬਹੁਤ ਯੂ ਨੋ ਜ਼ਰੂਰੀ ਸੀ ਕਿਉਂਕਿ ਕਾਫੀ ਹੱਦ ਤੱਕ ਬੰਦੇ ਸ਼ਾਇਦ ਇਹ ਹੀ ਸੋਚ ਰਹੇ ਹੋਣ। ਪਰ ਮੈਂ ਬਸ ਰਿਮਾਈਂਡ ਕਰਾਉਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਜਿਹੜਾ ਈਰਾ ਹੈ, ਜਿਹੜਾ ਜ਼ਮਾਨਾ ਹੈ, ਜਿਵੇਂ ਪਹਿਲੇ ਸੁਰਿੰਦਰ ਜੀ ਨੇ ਕਿਹਾ ਵੀ 30-35 ਸਾਲ ਪਹਿਲੇ ਗੱਲ ਹੋਰ ਸੀ, ਯੂ ਨੋ ਇਸ ਵੇਲੇ ਗੱਲ ਹੋਰ ਹੈ। ਉਸ ਵੇਲੇ ਬੜੇ ਕੇਸਿਸ ਸੁਣੇ ਵੀ ਇੱਕ ਪਾਸੇ ਸੀਗਾ, ਉਹ ਇਨਸਿਸਟ ਕਰਦਾ ਰਿਹਾ ਕਰਦਾ ਰਿਹਾ ਔਰ ਫਿਰ ਗੱਲ ਬਣ ਗਈ। ਪਰ ਅੱਜ ਕੱਲ੍ਹ ਜਿਹੜਾ ਵੁਮੈਨ ਲਿਬ ਦੀ ਗੱਲ ਕਰ ਲਓ ਜਾਂ ਮੀ ਟੂ ਮੂਵਮੈਂਟ ਜਿਹੜੀ ਯੂ ਨੋ ਇਸ ਈਰਾ ਦੇ ਵਿੱਚ ਚੱਲ ਰਹੀ ਹੈ, ਸੋ ਵਰਲਡ ਦੀ ਜਿਹੜੀ ਜੈਂਡਰ ਇਕੁਆਲਿਟੀ ਹੈ ਉਹ ਬੜੀ ਟ੍ਰਾਂਜੀਸ਼ਨ ਟਾਈਮ ਦੇ ਉੱਤੇ ਹੈ, ਅਤੇ ਇੱਕ ਜਿਹੜਾ ਰਿਸਪੈਕਟ ਕਰਨਾ ਕਿ ਜੇ ਉਹਨੇ ਨਾ ਕੀਤੀ ਹੈ ਉਹਨੂੰ ਰਿਸਪੈਕਟ ਕਰਨਾ, ਉਹਨੂੰ ਦੇਖਿਆ ਜਾ ਰਿਹਾ ਕਿ ਤੁਹਾਡਾ ਇੱਕ ਕ੍ਰੈਡਿਟ ਦਿੱਤਾ ਜਾ ਰਿਹਾ ਉਸ ਚੀਜ਼ ਦਾ ਕਿ ਜੇ ਤੁਸੀਂ ਰਿਸਪੈਕਟ ਕਰਦੇ ਹੋ ਮਤਲਬ ਤੁਸੀਂ ਸਹੀ ਬੰਦੇ ਹੋ। ਪਰ ਅਗਰ ਤੁਸੀਂ ਉਸ ਚੀਜ਼ ਨੂੰ ਰਿਸਪੈਕਟ ਨਹੀਂ ਕਰ ਸਕਦੇ ਕਿ ਕੁੜੀ ਕਹਿ ਰਹੀ ਹੈ ਕਿ ਨੋ ਐਂਡ ਤੁਸੀਂ ਉਹਨੂੰ ਨੋ ਨਹੀਂ ਸਮਝ ਰਹੇ, ਉਹਨੂੰ ਸੋਚ ਰਹੇ ਨਹੀਂ ਨੋ ਮੇ ਬੀ, ਨੋ ਦਾ ਮਤਲਬ ਹੈ ਮੇ ਬੀ,
ਸੋ ਦੁਬਾਰਾ ਕਹੋ, ਸੋ ਦੁਬਾਰਾ ਕਹੋ, ਉਹਨੂੰ ਅਸੀਂ ਇਸ ਵੇਲੇ ਇਸ ਕਲਚਰ ਵੇਲੇ ਸਟੋਕਰ ਵੀ ਕਹਿ ਰਹੇ ਹਾਂ। ਸੋ ਮੈਂ ਜਸਟ ਕੇਅਰਫੁਲ ਹੋਣ ਨੂੰ ਜ਼ਰੂਰ ਕਹਾਂਗੀ ਇਸ ਮੁੰਡੇ ਨੂੰ ਵੀ ਔਰ ਹੋਰ ਵੀ ਜਿਹੜੇ ਰਿਲੇਟ ਕਰ ਸਕਦੇ ਹਾਂ ਇਸ ਗੱਲ 'ਤੇ ਕਿ ਉਸ ਚੀਜ਼ 'ਤੇ ਡੈਫੀਨੇਟਲੀ, ਕਿਉਂਕਿ ਸੁਸਾਇਟੀ ਇੱਕ ਰੂਲਸ ਬਣਾਉਂਦੀ ਹੈ, ਇਸ ਵੇਲੇ ਉਹ ਰੂਲ ਨਹੀਂ ਹੈ। ਇਸ ਵੇਲੇ ਸੁਸਾਇਟੀ ਦਾ ਰੂਲ ਹੈ ਕਿ ਤੁਸੀਂ ਕੁੜੀ ਦੀ ਨਾਂ ਨੂੰ ਰਿਸਪੈਕਟ ਕਰੋ। ਸੋ ਉਹਦੇ ਵਾਸਤੇ ਤੁਸੀਂ ਜਿਸ ਤਰ੍ਹਾਂ ਸੁਰਿੰਦਰ ਜੀ ਨੇ ਕਿਹਾ ਟਰਾਈ ਕਰੋ, ਉਹ ਜਿੰਨਾ ਕੁ ਮੈਨੂੰ ਦੱਸਿਆ ਉਸ ਮੁੰਡੇ ਨੇ ਉਹ ਟਰਾਈ ਕਰ ਚੁੱਕਾ, ਉਹ ਕਾਫੀ ਵਾਰੀ ਕਹਿ ਚੁੱਕਾ, ਉਹ ਪੂਰੀ ਤਰ੍ਹਾਂ ਨਾਂ ਕਰ ਚੁੱਕੀ ਹੈ ਔਰ ਇਹਨੂੰ ਸਮਝ ਆ ਗਈ ਹੈ ਕਿ ਉਹਦੇ 'ਚ ਕੋਈ ਫਿਊਚਰ ਨਹੀਂ ਹੈ। ਸੋ ਹੁਣ ਬੈਕ ਆਫ ਕਰਨਾ ਮੈਨੂੰ ਲੱਗਦਾ ਕਿ ਬੈਟਰ ਹੈ ਰਾਦਰ ਦੈਨ ਕੀਪ ਇਨਸਿਸਟਿੰਗ, ਕਿਉਂਕਿ ਉਹ ਇੱਕ ਸਟੋਕਰ ਔਰ ਇੱਕ ਉਹ ਜਿਹੜਾ ਕਿ ਬਈ ਤੈਨੂੰ ਸਮਝ ਨਹੀਂ ਆਉਂਦੀ ਮੈਂ ਨਾ ਕਰ ਰਹੀ ਹਾਂ, ਮਤਲਬ ਉਹਦਾ ਨਾਂ ਹੈ, ਉਸ ਤਰ੍ਹਾਂ ਦਾ ਐਟੀਟਿਊਡ ਜਿਹੜਾ ਹੈ ਅੱਗੋਂ ਹੋ ਸਕਦਾ ਕਿ ਮਿਲੇ। ਸੋ ਉਹ ਮੈਂ ਜ਼ਰੂਰ ਰਿਮਾਈਂਡ ਕਰਾਉਣਾ ਚਾਹੁੰਦੀ ਸੀ। ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ? ਮੈਂ ਜੀ ਪਰਮਜੀਤ ਕੌਰ ਬੋਲ ਰਹੀ ਹਾਂ। ਹਾਂਜੀ ਪਰਮਜੀਤ, ਸਵਾਗਤ ਹੈ ਤੁਹਾਡਾ, ਦੱਸੋ ਅੱਜ ਕੀ ਕਹਿੰਦੇ ਹੋ। ਹਾਂਜੀ, ਮੈਂ ਜਾਣਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਸਵਾਲ ਪੁੱਛਿਆ ਹੈ ਆਪਾਂ ਨੂੰ ਸਲਾਹ ਮੰਗੀ ਹੈ, ਉਹਨਾਂ ਦੀ ਉਮਰ ਕਿੰਨੀ ਕੁ ਹੈ? 25-25 ਸਾਲ ਦੀ ਹੋਣੀ ਹੈ। ਅੱਛਾ, ਹਾਂਜੀ, ਤੇ ਆਬਵੀਅਸਲੀ ਲੜਕਾ ਹੈ। ਹਾਂਜੀ, ਤੇ ਮੈਂ ਇਹ ਵਿਚਾਰ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਜਿਹੜਾ ਪਿਆਰ ਹੈ ਨਾ, ਜੇ ਉਹ ਪਿਆਰ ਇੱਕ ਹੁੰਦਾ ਕਿ ਮੈਂ ਚਾਹੁੰਦਾ ਆ, ਇੱਕ ਹੁੰਦਾ ਪਿਆਰ, ਜੇ ਉਹ ਸੱਚੀ ਮੁੱਚੀ ਉਹਨੂੰ ਪਿਆਰ ਕਰਦੇ ਆ ਤਾਂ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇੱਕ ਬਹੁਤ ਸੋਹਣੀ ਕੋਟ ਮੈਨੂੰ ਯਾਦ ਆ, ਕਹਿੰਦੇ ਕਿ ਪਿਆਰ ਕਬਜ਼ਾ ਨਹੀਂ ਪਛਾਣ ਹੈ। ਤੇ ਜੇ ਉਹਨੂੰ ਪਿਆਰ ਕਰਦੇ ਨੇ, ਉਹ ਉਹਨੂੰ ਉਹਦੇ ਨਾਲ ਨਹੀਂ ਵਿਆਹ ਕਰਾਉਣਾ ਚਾਹੁੰਦੀ ਜਾਂ ਨਹੀਂ ਉਹਨੂੰ ਨਹੀਂ ਲਾਈਕ ਕਰਦੀ, ਇਹ ਜ਼ਰੂਰੀ ਨਹੀਂ ਹੈ ਕਿ ਉਹ ਲਾਈਕ ਕਰੇ। ਆਪਾਂ ਕਿਸੇ ਨੂੰ ਧੱਕੇ ਨਾਲ ਲਾਈਕ ਨਹੀਂ ਕਰਵਾ ਸਕਦੇ। ਸੋ ਇੱਕ ਤਾਂ ਇਹ ਵੀ ਯਾ ਉਹਨਾਂ ਨੇ ਟਰਾਈ ਕਰ ਲਈ, ਉਹਨੇ ਨਾ ਕਰ ਦਿੱਤੀ ਜੀ, ਜਾਂ ਤੇ ਉਹ ਇਹ ਜਾਣਨ ਉਹਨੇ ਨਾ ਕਿਉਂ ਕੀਤੀ ਹੈ। ਹੋ ਸਕਦਾ ਦੋਹਾਂ ਦੀ ਕੰਪੈਟੀਬਿਲਿਟੀ ਨਾ ਹੋਵੇ ਕਿਸੇ ਵੀ ਪੱਖੋਂ, ਠੀਕ ਹੈ, ਤੇ ਉਹ ਜੇ ਏਦਾਂ ਲੱਗਦਾ ਕੰਪੈਟੀਬਿਲਿਟੀ ਨਹੀਂ ਹੈ ਪਰ ਮੇਰੀ ਚਾਹਤ ਹੈਗੀ ਹੈ, ਤਾਂ ਆਪਣੇ ਮਨ ਨੂੰ ਸਮਝਾਉਣ ਜਿਹੜੀ ਗੱਲ ਪੋਸੀਬਲ ਨਹੀਂ ਹੈ। ਹੁਣ ਕੋਈ ਕਹਿੰਦਾ ਮੈਨੂੰ ਸੂਰਜ ਚਾਹੀਦਾ, ਇੰਪੋਸੀਬਲ ਹੈ ਨਾ। ਤੇ ਗੱਲ ਇਹ ਵੀ ਉਹਦੇ ਲਈ ਜਿਵੇਂ ਕਹਿੰਦੇ ਨਾ ਬੁੱਲਿਆ ਮਨ ਦਾ ਕੀ ਪਾਣਾ, ਇਧਰੋਂ ਪੁੱਟਿਆ ਉਧਰ ਉਧਰ, ਐਗਜ਼ੈਕਟਲੀ। ਉਹਨੂੰ ਨਾ ਆਪਣੇ ਮਨ ਨੂੰ ਸਮਝਾਉਣ ਦੇ ਲਈ ਕੁਝ ਐਫਰਟਸ ਕਰਨੀਆਂ ਪੈਣੀਆਂ। ਕਹਿਣਾ ਬੜਾ ਸੌਖਾ ਆ, ਲਾਉਣਾ ਬੜਾ ਔਖਾ ਆ। ਜਿਵੇਂ ਮੈਂ ਕਹਿ ਦਿੱਤਾ ਨਾ ਪੁੱਟ ਕੇ, ਕੋਈ ਵਿਜ਼ੀਬਲ ਤਾਂ ਹੈ ਨਹੀਂ, ਬੂਟਾ ਪੁੱਟ ਕੇ ਇਧਰ ਲਾ ਦਿੱਤਾ। ਉਹਦੇ ਲਈ ਇਹ ਆ ਬਈ ਕੁਛ ਇੱਕ ਅਸਾਈਨਮੈਂਟਸ ਨੇ ਜਿਹੜੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ, ਜਿਵੇਂ ਵੈਕੇਸ਼ਨ ਹੈ ਥੋੜੀ ਜਿਹੀ ਕਰ ਲੈਣ, ਜਦੋਂ ਮਨ ਉਦਾਸ ਆ ਕੋਈ ਵੈਕੇਸ਼ਨ ਚਲੇ ਜਾਓ, ਤੇ ਕੋਈ ਤੁਸੀਂ ਵਾਚ ਕੋਈ ਯੂਟਿਊਬ ਤੇ ਜਿਹੜੀਆਂ ਪੋਜ਼ਿਟਿਵ ਟਾਕਸ ਦੇ ਲੈਕਚਰ ਹੁੰਦੇ ਨੇ ਤੇ ਧਾਰਮਿਕ ਨੇ, ਕੋਈ ਕਥਾ ਵਾਚ ਕਰੋ ਜਿਹਦੇ ਤੇ ਮਨ ਨੂੰ ਇਹ ਦੱਸਿਆ ਸਮਝਾਇਆ ਜਾਵੇ ਕਿ ਮਨ ਨੂੰ ਜਿੱਤ ਲਿਆ ਤੇ ਜੱਗ ਨੂੰ ਜਿੱਤ ਲਿਆ, ਮਨ ਜਿੱਤਾ ਜੱਗ ਜੀਤ ਵਾਲਾ ਜਿਹੜਾ ਕਨਸੈਪਟ ਹੈ ਨਾ ਉਹਨਾਂ ਦੇ ਮਨ ਵਿੱਚ ਬੈਠ ਜਾਏ। ਤੇ ਬਾਕੀ ਜਿਹੜੇ ਹੋਰ ਉਹ ਦੋਸਤ ਮਿੱਤਰ ਜਿਨ੍ਹਾਂ ਨੂੰ ਪਤਾ ਸੀ, ਜਾਂ ਜੇ ਪਤਾ ਸੀ ਵੀ ਇਹਨਾਂ ਦਾ ਆਪਸ ਵਿੱਚ ਕੋਈ ਗੱਲਬਾਤ ਆ ਜਾਂ ਫਰੈਂਡ ਸੀ ਕੁਛ ਤੇ ਦੇਰ ਲਈ ਵੀ, ਕੋਈ ਵੀ ਮੈਨੂੰ ਤੇ ਪਤਾ ਨਹੀਂ ਡਿਟੇਲ, ਪਰ ਉਹਨਾਂ ਨੂੰ ਅਵੋਇਡ ਕਰਨ। ਤੇ ਜੇ ਕੋਈ ਸਵਾਲ ਪੁੱਛਦਾ ਵੀ ਹਾਂ ਬਈ ਉਹ ਗੱਲ ਨੀ ਬਣੀ, ਤੇਰਾ ਦਿਲ ਆਇਆ ਸੀ, ਸਮਥਿੰਗ ਲਾਈਕ ਦੈਟ, ਉਹਨਾਂ ਨੂੰ ਕਹਿਣ ਵੀ ਨਨ ਆਫ ਯੋਰ ਬਿਜ਼ਨਸ, ਬਸ ਸਿੰਪਲ। ਜ਼ਿਆਦਾ ਸਫਾਈ ਨਾ ਦੇਣ, ਲੋਕਾਂ ਤੋਂ ਭੱਜਣ ਨਾ, ਆਪਣੇ ਸਭ ਤੋਂ ਵੱਡੀ ਗੱਲ ਆਪਣੇ ਮਨ ਤੋਂ ਨਾ ਭੱਜਣ, ਮਨ ਨੂੰ ਕਹਿਣ ਵੀ ਇਹ ਦੁਨੀਆਂ ਬਹੁਤ ਵੱਡੀ ਹੈ, ਵਾਹਿਗੁਰੂ ਨੇ ਇੰਨੀ ਸ੍ਰਿਸ਼ਟੀ ਸੋਹਣੀ ਬਣਾਈ ਹੈ, ਸਿਰਫ ਇੱਕ ਜੀ ਨੂੰ ਸੋਹਣਾ ਨਹੀਂ ਬਣਾਇਆ। ਜੇ ਉਹਨਾਂ ਨਾਲ ਗੱਲ ਨਹੀਂ ਬਣੀ ਹੈ, ਆਪਣੇ ਮਨ ਨੂੰ ਇਹ ਸਮਝਾ ਲੈਣ ਕਿ ਮੇਰੇ ਵਾਸਤੇ ਰੱਬ ਨੇ ਕੋਈ ਬਹੁਤ ਚੰਗਾ ਸਟੋਰ ਕੀਤਾ, ਉਹ ਮੈਨੂੰ ਉਦੋਂ ਹੀ ਦੇਣਾ ਜਦੋਂ ਬੱਚਾ ਜਿੱਦ ਕਰਦਾ ਨਾ ਮਾਂ ਨੂੰ, ਮੈਨੂੰ ਹੁਣੇ ਆ ਟੋਏ ਦੇ, ਤੇ ਉਸ ਵਕਤ ਮਾਂ ਨਹੀਂ ਦਿੰਦੀ ਉਹਨੂੰ ਉਹਦੇ ਚੰਗੇ ਮਾੜੇ ਦਾ ਪਤਾ ਹੁੰਦਾ। ਤੋ ਇਹ ਵਾਹਿਗੁਰੂ ਤੇ ਇਹ ਰੱਖਣ, ਇਹਦੇ 'ਚ ਕੋਈ ਰਾਜ ਹੈ। ਜੇ ਮੈਨੂੰ ਇਹ ਚਾਹਤ ਨਹੀਂ ਮਿਲ ਰਹੀ ਤੇ ਕੁਛ ਰੱਬ ਨੇ ਹੋਰ ਚੰਗਾ ਮੇਰੇ ਲਈ ਰੱਖਿਆ ਹੋਏਗਾ। ਸੋ ਮੈਂ ਤੇ ਕਹੂੰਗੀ ਸਮ ਟਾਈਮ ਯੂ ਹੈਵ ਟੂ ਆਪਣੇ ਮਨ ਦੇ ਨਾਲ ਫੇਕ ਇਟ ਟਿਲ ਯੂ ਮੇਕ ਇਟ। ਸੋ ਆਪਣੇ ਮਨ ਨੂੰ ਇਹ ਸਮਝਾਵੋ ਦੈਟ ਸ਼ੀ ਵਾਜ਼ ਨਾਟ ਫੋਰ ਮੀ, ਸੋ ਦੈਟਸ ਓਕੇ, ਯੂ ਨੋ ਇਟਸ ਨਾਟ ਐਂਡ ਆਫ ਦ ਵਰਲਡ। ਥੈਂਕ ਯੂ, ਮੇਰੀ ਸੁਝਾਇਆ। ਥੈਂਕ ਯੂ ਸੋ ਮਚ, ਰੀਅਲੀ ਰੀਅਲੀ ਐਪਰੀਸ਼ੀਏਟ ਦਿਸ, ਥੈਂਕ ਯੂ ਜੀ, ਥੈਂਕ ਯੂ। ਸੋ ਬਹੁਤ ਵਧੀਆ ਸੁਝਾਅ ਆ ਰਹੇ ਨੇ ਤੇ ਤੁਸੀਂ ਵੀ ਸਾਰੇ ਜ਼ਰੂਰ ਕਾਲ ਕਰੋ। ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ।
ਸਾਰਿਆਂ ਦਾ ਫਿਰ ਸਵਾਗਤ ਹੈ। ਬਹੁਤ ਵਧੀਆ ਸਾਰੇ ਸੁਝਾਅ ਦੇ ਰਹੇ ਨੇ। ਬਿਲਕੁਲ ਪਰਮਜੀਤ ਜੀ ਨੇ ਬਿਲਕੁਲ ਸਹੀ ਕਿਹਾ ਕਿ ਕਹਿਣਾ ਆਸਾਨ ਹੈ, ਕਰਨਾ ਮੁਸ਼ਕਿਲ ਹੈ, ਪਰ ਫਿਰ ਵੀ ਇੰਨਾ ਵੀ ਮੁਸ਼ਕਿਲ ਨਹੀਂ ਹੈ। ਇੱਕ ਹੋਰ ਚੀਜ਼ ਮੈਂ ਐਡ ਕਰਦੀ ਹਾਂ ਕਿ ਅਸੀਂ ਹਿਊਮਨ ਬੀਇੰਗਸ ਨਾ ਬੜੇ ਕੀ ਕਹਿੰਦੇ ਨੇ ਚਤਰ ਹੁੰਦੇ ਹਾਂ, ਜਾਂ ਕੋਈ ਚੀਜ਼ ਕਹਿ ਸਕਦੇ ਹਾਂ ਕਿ ਵੀ ਆਰ ਇਨ ਅ ਵੇ ਅਸੀਂ ਮੈਨੂਪਲੇਟ ਕਰਦੇ ਹਾਂ ਆਪਣੇ ਆਪ ਨੂੰ ਵੀ ਬਿਲਕੁਲ। ਜਿਸ ਤਰ੍ਹਾਂ ਇੱਕ ਪਾਰਟ ਆਫ ਅਸ ਇੰਜੋਏ ਕਰਦਾ ਇਸ ਤਰ੍ਹਾਂ ਦੀ ਦਰਦ, ਇੱਕ ਸਵੀਟ ਬਿਟਰ ਕਾਇੰਡ ਆਫ ਦਰਦ ਹੈ ਇਹ ਵਾਲਾ, ਉਹਨੂੰ ਇੰਜੋਏ ਕਰਦਾ ਉਹਨੂੰ, ਯੂ ਨੋ ਇਨ ਅ ਵੇ ਡੀਪ ਡਾਊਨ ਸਾਨੂੰ ਪਤਾ ਹੈ ਕਿ ਉਹ ਕੀ ਇਫੈਕਟ ਕਰ ਰਿਹਾ ਸਾਡੇ 'ਤੇ। ਸੋ ਉਹਨੂੰ ਇੱਕ ਫੁੱਲ ਸਟੋਪ ਲਾਉਣ ਦੀ ਵੀ ਲੋੜ ਹੈ, ਕਿਉਂਕਿ ਇਹ ਸੋਚ ਕੇ ਕਿ ਹਾਂ ਚਲੀ ਜਾ ਰਿਹਾ ਹੈ, ਕੋਈ ਹੋਰ ਕੋਈ ਨਹੀਂ, ਇਹ ਮਿੱਠਾ ਜਿਹਾ ਦਰਦ ਤਾਂ ਹੈ ਨਾ, ਪਰ ਨਹੀਂ, ਗੋਲ ਆਪਣਾ ਸਾਹਮਣੇ ਰੱਖੀਏ ਕਿ ਇਟਸ ਅ ਵੇਸਟ ਆਫ ਟਾਈਮ। ਔਰ ਜਿਵੇਂ ਕਹਿੰਦੇ ਨਾ ਇੱਕ ਜਗ੍ਹਾ 'ਚ ਜਦੋਂ ਇੱਕ ਚੀਜ਼ ਹੁੰਦੀ ਹੈ ਤਾਂ ਦੂਜੀ ਕਿਵੇਂ ਆਏਗੀ, ਸੋ ਉਹਨੂੰ ਤੁਸੀਂ ਇੱਕਦਮ ਬਿਲਕੁਲ ਪਾਸੇ ਕਰੋਗੇ ਅਤੇ ਕਿਸੇ ਹੋਰ ਨੂੰ ਜਗ੍ਹਾ ਦਿਓਗੇ ਜਿਹੜੀ ਕਿ ਯੂ ਨੋ ਦੋਨੋਂ ਪਾਸੇ ਦਾ ਪਿਆਰ ਹੋਏ, ਰੈਸੀਪ੍ਰੋਕਲ ਹੋਏ, ਔਰ ਤੁਸੀਂ ਫਿਰ ਅੱਗੇ ਉਸ ਨਾਲ ਲਾਈਫ ਟਾਈਮ ਕੁਛ ਰਿਸ਼ਤਾ ਬਣਾ ਸਕੋ। ਸੋ ਇੱਧਰੋਂ ਟੁੱਟਣਾ ਬੜਾ ਜ਼ਰੂਰੀ ਹੈ, ਉਹ ਗੋਲ ਯਾਦ ਰੱਖੋ। ਲੈਟ ਮੀ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੀ ਹਾਂ। ਹੈਲੋ, ਹੈਲੋ ਅਰਵਿੰਦ। ਹਾਂਜੀ ਹਾਂਜੀ ਸੁਦਰਸ਼ਨ ਜੀ, ਕੀ ਹਾਲ ਦੱਸੋ ਸੁਦਰਸ਼ਨ ਜੀ, ਕੀ ਕਹਿੰਦੇ ਹੋ? ਮੈਂ ਕਹਿ ਰਹੀ ਹਾਂ ਕਿ ਇੱਕ ਤਰਫਾ ਪਿਆਰ ਹੈ, ਉਹਨੇ ਡਿਸਅਪਰੂਵ ਕੀਤਾ ਜੀ, ਉਹ ਇਸ ਲੜਕੇ ਨੂੰ ਚਾਹੀਦੀ ਕਾਉਂਸਲਿੰਗ ਚਾਹੀਦੀ ਹੈ, ਕਿਉਂਕਿ ਇਟਸ ਵੈਰੀ ਹਾਰਡ ਟੂ ਫਰਗੈਟ ਜੀ ਜੀ, ਕਿਉਂਕਿ ਉਹ ਉਹਨੂੰ ਸੱਚੇ ਦਿਲ ਨਾਲ ਚਾਹੁੰਦਾ ਹੋਏਗਾ, ਉਹਨੂੰ ਅੱਗੋਂ ਨਹੀਂ ਮਿਲੀ ਅਪਰੂਵਲ ਨਹੀਂ ਮਿਲੀ ਤਾਂ ਉਹਨੂੰ ਭੁਲਾਉਣਾ ਮੁਸ਼ਕਿਲ ਹੈ, ਕਹਿਣਾ ਆਸਾਨ ਹੈ ਭੁਲਾਉਣਾ ਮੁਸ਼ਕਿਲ ਹੈ, ਪਰ ਮੇਰੇ ਖਿਆਲ 'ਚ ਉਹਨੂੰ ਕਾਉਂਸਲਿੰਗ ਚਾਹੀਦੀ, ਹੋਰ ਕੁਛ ਨਹੀਂ ਚਾਹੀਦਾ, ਕਾਉਂਸਲਿੰਗ ਕਰਵਾਵੇ ਆਪਣੀ। ਬਹੁਤ ਵਧੀਆ ਸੁਦਰਸ਼ਨ ਜੀ, ਦੈਟਸ ਅ ਗ੍ਰੇਟ ਆਈਡੀਆ, ਕਿਉਂਕਿ ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਸੋ ਬਿਲਕੁਲ ਸਹੀ ਕਹਿ ਰਹੇ ਹਾਂ ਸੁਦਰਸ਼ਨ ਜੀ ਕਿ ਇੱਕ ਤਾਂ ਰਿਜੈਕਸ਼ਨ ਵੀ ਨਾਲ ਹੈ, ਕਿ ਮਤਲਬ ਇੱਕ ਤਰ੍ਹਾਂ ਪਾਰਟ ਆਫ ਅਸ ਜਿਹੜਾ ਰਿਜੈਕਟ ਹੁੰਦਾ ਉਹ ਹੋਰ ਤਰ੍ਹਾਂ ਨਾਲ ਹਰਟ ਹੋਇਆ ਹੁੰਦਾ, ਸਾਡੀ ਈਗੋ ਹਰਟ ਹੋਈ ਹੁੰਦੀ ਹੈ, ਫਿਰ ਮਿਕਸਚਰ ਆਫ ਯੂ ਨੋ ਫੀਲਿੰਗਸ ਆਫ ਲਵ, ਯੂ ਲਾਈਕ ਸਮਵਨ ਉਧਰੋਂ ਨਾ ਮਿਲੇ, ਸੋ ਇਹ ਸਾਰੀਆਂ ਚੀਜ਼ਾਂ ਦਾ ਥੋੜ੍ਹੀ ਕੰਪਲੈਕਸਿਟੀ ਜਿਹੜੀ ਹੈ, ਔਰ ਫਿਰ ਜਿਹੜੀ ਖਾਸ ਤੌਰ 'ਤੇ ਜਿਹੜੀ ਉਹਨਾਂ ਨੇ ਖੁਦ ਪਹਿਚਾਣੀ ਹੈ ਕਿ ਮੈਨੂੰ ਪਤਾ ਹੈ ਥੋਟ ਜਿਹੜੀ ਬੇਕਾਰ ਹੈ ਮੇਰੇ ਵਾਸਤੇ, ਮੇਰੀ ਗਲਤੀ ਹੈ ਕਿ ਮੈਂ ਉਸ ਪਾਸੇ ਸੋਚ ਰਿਹਾ, ਉਹਨੇ ਤਾਂ ਕਦੀ ਹਾਨੀ ਕੀਤੀ ਸੀ। ਸੋ ਉਹ ਖਾਸ ਤੌਰ 'ਤੇ ਨਿਸ਼ਾਨੀ ਹੈ ਕਿ ਥੈਰੇਪੀ ਜਿਹੜੀ ਹੈ, ਕੋਗਨੇਟਿਵ ਥੈਰੇਪੀ, CBT ਜਿਵੇਂ ਅਸੀਂ ਕਹਿੰਦੇ ਹਾਂ, ਜਿਹਨੂੰ ਇੱਕ ਜਾਂ ਦੋ ਵਾਰੀ ਵੀ ਸੈਸ਼ਨਸ ਮੈਨੂੰ ਲੱਗਦਾ ਬਹੁਤ ਹੈਲਪਫੁਲ ਹੋਣਗੇ, ਕਪਲ ਆਫ ਸੈਸ਼ਨਸ ਵੀ ਬਹੁਤ ਹੈਲਪਫੁਲ ਹੋਣਗੇ ਅਗਰ ਇਹ ਯੂ ਨੋ ਕਰਨਗੇ। ਸੋ ਆਈ ਸਟਰੋਂਗਲੀ ਯੂ ਨੋ ਸੈਕਿੰਡ ਸੁਦਰਸ਼ਨ ਜੀ ਕਿ ਡਾਕਟਰ ਨੂੰ ਕਹਿਣ ਆਪਣੇ ਅਤੇ ਉਹਨਾਂ ਨੂੰ ਤੋਂ ਰੈਫਰਲ ਲੈ ਲੈ, ਦੋ ਵਾਰੀ ਜਾ ਕੇ ਮਿਲਣਗੇ ਐਂਡ ਹੀਲ ਬੀ ਫਾਈਨ। ਅਤੇ ਹੋਰ ਪੁੱਛਦੇ ਹਾਂ ਸਾਰੇ ਕੀ ਕਹਿ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ, ਦੱਸੋ ਕੀ ਕਹਿੰਦੇ ਹੋ? ਇਹ ਥੋੜ੍ਹਾ ਜਿਹਾ ਮੈਨੂੰ ਵੈਸੇ ਪਤਾ ਲੱਗ ਵੀ ਗਿਆ, ਬਾਕੀ ਇਹ ਦੱਸਿਓ ਵੀ ਮੁੰਡੇ ਕੁੜੀ ਆਪੋ ਵਿੱਚ ਹੀ ਇਕੱਠੇ ਪੜ੍ਹਦੇ ਜਾਂ ਇਕੱਠੇ ਦੇ ਕੀ ਕਰ ਰਹੇ ਆ? ਨਹੀਂ ਜੀ ਨਹੀਂ, ਇੱਕ ਇੱਥੇ ਤੇ ਇੱਕ ਇੰਡੀਆ ਹੈ, ਸੋ ਦੂਰਦਾਰ ਹੈਗੇ ਆ, ਸੋਸ਼ਲ ਮੀਡੀਆ ਤੇ ਮਿਲੇ ਆ ਬਸ। ਅੱਛਾ ਹਾਂਜੀ ਹਾਂ, ਤੇ ਹੁਣ ਕੀ ਮੁੰਡਾ ਮਗਰ ਪਿਆ ਕੁੜੀ ਨਹੀਂ ਮੰਨਦੀ ਹੈ ਨਾ ਜੀ? ਹਾਂਜੀ। ਇਹਨਾਂ ਦੇ ਪੇਰੈਂਟਸ ਹੈਗੇ ਆ? ਹਾਂਜੀ। ਪਰ ਫਿਰ ਉਹ ਜਿਹੜਾ ਲੜਕਾ ਆਪਣੇ ਪੇਰੈਂਟਸ ਨੂੰ ਕਿਉਂ ਨਹੀਂ ਕਹਿੰਦਾ ਵੀ ਤੁਸੀਂ ਉਹਦੇ ਪੇਰੈਂਟਸ ਨੂੰ ਮਿਲ ਕੇ? ਉਹ ਸਭ ਹੋ ਚੁੱਕਾ ਹੈ ਗਿਆਨ ਸਿੰਘ ਜੀ, ਉਹ ਸਭ ਹੋ ਚੁੱਕਾ ਹੈ। ਇਹ ਕਹਿੰਦਾ ਮੈਨੂੰ ਪਤਾ ਕੋਈ ਫਿਊਚਰ ਨਹੀਂ ਉੱਥੇ, ਬਸ ਦਿਮਾਗ ਚੋਂ ਕੱਢਣਾ। ਦਿਮਾਗ 'ਚ ਕਿਵੇਂ ਕੱਢਾਂ? ਦਿਮਾਗ 'ਚੋਂ ਹੁਣ ਦਿਮਾਗ 'ਚੋਂ ਤਾਂ ਕੱਢਣਾ ਕੱਢਣਾ ਚਾਹੀਦਾ ਇਹਨੂੰ। ਮਤਲਬ ਕਿਉਂ ਪਿੱਛੇ ਪਿਆ ਉਹਦੇ? ਇਹ ਤਿੰਨ ਗੱਲਾਂ ਵੀ ਹੈ, ਇੱਕ ਚਮੜੀ ਰੋਗ ਹੁੰਦਾ, ਇੱਕ ਉਹਦੇ ਗੁਣਾ ਕਰਕੇ, ਇੱਕ ਜਿੱਦ ਕਰਕੇ। ਹੁਣ ਇਹਨੂੰ ਕਿਹੜਾ ਰੋਗ ਇਹਨਾਂ 'ਚੋਂ? ਪਸੰਦ ਆ ਗਈ ਬਸ, ਉਹ ਯੂ ਨੋ ਮਨ ਵਿੱਚ ਖੁਆਬ ਬਣਾ ਲੇ। ਜਦੋਂ ਕੁੜੀ ਨੀ ਮੰਨ ਰਹੀ ਤੇ ਫਿਰ ਇੱਕ ਤਰਫਾ ਕਿੱਦਾਂ ਕਰ ਲਓਗੇ ਗੱਲ? ਤੋੜੋਗੇ? ਇਹ ਕੋਈ ਚੀਜ਼ ਮੁੱਲ ਲੈਣ ਵਾਲੀ ਥੋੜੀ ਆ, ਇਹ ਤਾਂ ਗੱਲ ਸਹਿਯੋਗ ਪਿਆਰ ਦੀ ਗੱਲ ਹੁੰਦੀ, ਇੱਦਾਂ ਥੋੜੋ ਧੱਕੇ ਨਾਲ ਕੀਤਾ ਜਾ ਸਕਦਾ। ਐਗਜੈਕਟਲੀ, ਬਿਲਕੁਲ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜੀ ਸੋਚ ਹੈ ਨਾ ਕਿ ਬਈ ਉਹ ਧੱਕਾ ਤਾਂ ਨਹੀਂ ਹੋ ਸਕਦਾ, ਚਾਹੇ ਦੂਜੇ ਪਾਸੋਂ ਵੀ ਚਾਹੀਦਾ ਹੈ ਨਾ। ਦਿਮਾਗ ਜੋ ਕਿੱਦਾਂ ਕੱਢਾ ਮੈਂ ਇਹਦਾ ਕੀ ਮਤਲਬ ਕੱਲੇ ਦਾ? ਇਹ ਤਾਂ ਸਹਿਮਤੀ ਨਾਲ ਗੱਲ ਹੋਣੀ ਚਾਹੀਦੀ ਆ ਆਪਣੇ। ਜੇ ਉਹ ਸਹਿਮਤੀ ਨਾਲ ਕੁੜੀ ਮੰਨਦੀ ਤੇ ਠੀਕ ਹੈ, ਨੀ ਤੇ ਇਹਨੂੰ ਇਹ ਕਿੱਦਾਂ ਉਹਨੂੰ ਧੱਕੇ ਨਾ ਕਰ ਸਕਦਾ? ਮੈਂ ਤੇ ਬਿਲਕੁਲ ਖਿਲਾਫ ਹੈ ਜੀ, ਬਿਲਕੁਲ। ਇਸ ਕਰਕੇ ਉਹਨੂੰ ਆਪ ਸਮਝਣਾ ਚਾਹੀਦਾ ਵੀ ਜਦ ਕੁੜੀ ਨਹੀਂ ਤੈਨੂੰ ਪਸੰਦ ਕਰਦੀ, ਨਹੀਂ ਤੇਰੇ ਨਾਲ ਮਜਾਕਰੀ ਕਰਦੀ, ਤੇ ਤੂੰ ਧੱਕੇ ਨਾ ਕਿੱਦਾਂ? ਜੇ ਤੂੰ ਧੱਕੇ ਨਾ ਕਿਸੇ ਕਾਰਨ ਕਰ ਲਵੇ ਤੇ ਕੀ ਉਹ ਤੋਂ ਸੁਖੀ ਵਸੇਗਾ ਉਹਨਾਂ?
ਇਹ ਨੀ ਸੋਚਦਾ ਇਹ ਥੋੜਾ ਜਿਹੜੇ ਪਿਆਰ ਦੇ ਰਿਸ਼ਤੇ ਹੁੰਦੇ ਆ ਸਾਰੀ ਉਮਰ ਲੰਘ ਗਈ ਸਾਡੀ ਛੋਟੀ ਜੀ ਬ੍ਰੇਕ ਬਟ ਇਸ ਤੋਂ ਪਹਿਲੇ ਵਾਕਈ 67 ਇਅਰਸ ਦਾ ਐਕਸਪੀਰੀਅੰਸ ਹੈ ਡਾਂਟ ਕੇ ਮੁੰਡੇ ਨੂੰ ਕਹਿ ਰਹੇ ਨੇ ਕਿ ਮਤਲਬ ਕੀ ਹੈ ਦੂਜੇ ਪਾਸੇ ਦੀ ਵੀ ਉਨੀ ਰਜ਼ਾਮੰਦੀ ਹੋਏਗੀ ਤਾਂ ਨਹੀਂ ਤਾਂ ਜੋ ਵੀ ਤੂੰ ਮਰਜ਼ੀ ਕਰ ਲੈ ਅੱਜ ਮਨ ਯੂ ਨੋ ਮਿੰਤਾ ਕਰ ਲੇਗਾ ਜਾਂ ਗੁੱਸਾ ਕਰ ਲੇਗਾ ਜਾਂ ਕਿਸੇ ਨੂੰ ਭੇਜ ਕੇ ਜ਼ੋਰ ਪਾ ਲੇਗਾ ਫਾਇਦਾ ਕੀ ਹੈ ਕੋਈ ਰਿਲੇਸ਼ਨਸ਼ਿਪ ਦਾ ਫਾਇਦਾ ਕੀ ਹੈ ਜੇ ਦੂਜੇ ਪਾਸੋਂ ਉਹ ਨਹੀਂ ਕਿਉਂਕਿ ਨਿਭਾਉਣੀ ਤਾਂ ਸਾਰੀ ਉਮਰ ਹੈ ਸੋ ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਜਿਵੇਂ ਗਿਆਨ ਸਿੰਘ ਜੀ ਨੇ ਥੋੜ੍ਹਾ ਯੂ ਨੋ ਬਜ਼ੁਰਗਾਂ ਦੀ ਡਾਂਟ ਵੀ ਜ਼ਰੂਰੀ ਹੁੰਦੀ ਹੈ ਕਿਸੇ ਵੇਲੇ ਬਟ ਉਹਦਾ ਕਹਿਣਾ ਕਿ ਮੈਂ ਇਹ ਗੱਲ ਪੂਰੀ ਸਮਝਦਾ ਕਿ ਮੈਂ ਕੋਈ ਇੰਟੈਂਸ਼ਨ ਨਹੀਂ ਹੈ ਮੇਰੀ ਕੋਈ ਨੀਅਤ ਨਹੀਂ ਹੈ ਹੁਣ ਕਿ ਮੈਂ ਉਹਨੂੰ ਫੋਲੋ ਕਰਾਂਗਾ ਜਾਂ ਇਨਸਿਸਟ ਕਰਾਂਗਾ ਮੈਂ ਛੱਡਤਾ ਉਸ ਚੀਜ਼ ਨੂੰ ਖਿਆਲ ਕਿ ਉਹ ਯੂ ਨੋ ਮੇਰੀ ਜ਼ਿੰਦਗੀ 'ਚ ਹੋ ਸਕਦੀ ਹੈ ਪਰ ਸਮ ਹੋ ਮੇਰਾ ਧਿਆਨ ਉਹਦੇ ਵੱਲ ਹੀ ਜਾਂਦਾ ਮੇਰਾ ਮੈਨੂੰ ਪਤਾ ਹੈ ਕਿ ਗਲਤ ਹੈ ਮੈਨੂੰ ਪਤਾ ਹੈ ਕਿ ਵਰਥਲੈਸ ਹੈ ਮੈਨੂੰ ਪਤਾ ਹੈ ਕਿ ਮੇਰਾ ਵੇਸਟ ਆਫ ਟਾਈਮ ਹੈ ਬਟ ਮੇਰਾ ਦਿਮਾਗ ਉੱਥੇ ਹੀ ਜਾਈ ਜਾ ਰਿਹਾ ਸੋ ਮੈਂ ਕੀ ਕਰਾਂ ਜਿਸ ਤਰ੍ਹਾਂ ਪਹਿਲੇ ਦੀ ਗੱਲ ਹੋ ਰਹੀ ਹੈ ਬੜੀਆਂ ਸਬਸਟੀਚਿਊਟ ਟੈਕਨੀਕਸ ਦੱਸੀਆਂ ਵੀ ਦੂਜੇ ਪਾਸੇ ਧਿਆਨ ਲਾਓ ਐਕਸਰਸਾਈਜ਼ ਇਹ ਜੋ ਵੀ ਤੁਸੀਂ ਕਰਨਾ ਗੋਲ ਵੱਲ ਧਿਆਨ ਦਿਓ ਕਿ ਹੁਣ ਅੱਗੋਂ ਵਿਆਹ ਕਰਨਾ ਹੈ ਇੱਕ ਜਗ੍ਹਾ ਇੱਕ ਨੂੰ ਖਾਲੀ ਕਰੋਗੇ ਜਗ੍ਹਾ ਦਿਓਗੇ ਤਾਂ ਕਿਸੇ ਹੋਰ ਨੂੰ ਪਾਓਗੇ ਐਂਡ ਯੂ ਨੋ ਲੁੱਕ ਫੋਰ ਸਮ ਬੀ ਔਨ ਅ ਲੁੱਕ ਆਊਟ ਫੋਰ ਸਮ ਅਦਰ ਫਰੈਂਡ ਜਿੱਦਾਂ ਦੂਜੇ ਪਾਸੇ ਵੀ ਹੋ ਸਕੇ ਕਈ ਚੀਜ਼ਾਂ ਅਸੀਂ ਇਹ ਵੀ ਕਹੀਆਂ ਜਿਵੇਂ ਕਿ ਉਹਦੇ ਕੁੜੀ ਦਾ ਫੋਨ ਨੰਬਰ ਡਿਲੀਟ ਕਰ ਦਿਉ ਉਹਦੇ ਨਾਲ ਗੱਲਬਾਤ ਨਾ ਕਰੋ ਐਟਲੀਸਟ ਜੋ ਮੈਮਰੀਜ਼ ਕੋਈ ਐਸੀਆਂ ਚੀਜ਼ਾਂ ਹੈ ਜਿਹੜੀਆਂ ਉਹਦੀਆਂ ਯਾਦ ਕਰਾਉਂਦੀਆਂ ਉਹਨੂੰ ਮਤਲਬ ਅਵੇ ਕਰੋ ਤਾਂ ਕਿ ਕਹਿੰਦੇ ਨਾ ਅੱਖਾਂ ਤੋਂ ਦੂਰ ਅਤੇ ਦਿਲ ਤੋਂ ਦੂਰ ਥੋੜ੍ਹਾ ਬ੍ਰੇਕ ਲਵੋ ਉਹਦੇ ਬਾਰੇ ਨਾ ਉਹ ਕਰੋ ਪਰ ਕਈ ਵਾਰੀ ਇਹ ਚੀਜ਼ ਪੋਸੀਬਲ ਨਹੀਂ ਵੀ ਹੋਏਗੀ ਹੋ ਸਕਦਾ ਹੈ ਕਈ ਜਿਹੜੇ ਸੁਣ ਰਹੇ ਹੋਣ ਉਹ ਰਿਲੇਟ ਕਰਨ ਕਿ ਕੋਈ ਵਰਕਪਲੇਸ ਦੇ ਵਿੱਚ ਹੈ ਤੁਸੀਂ ਕੀ ਕਰੋਗੇ ਜਾਂ ਨੇਬਰ ਹੈ ਜਾਂ ਫਿਰ ਕੋਈ ਮੀਟਿੰਗਸ ਕਿਸੇ ਐਸੀ ਕੰਪਨੀ 'ਚ ਹੈਗੀ ਹੈ ਜਿੱਥੇ ਤੁਸੀਂ ਬਾਰ ਬਾਰ ਇਕੱਠੇ ਹੋ ਕੇ ਮਿਲਣਾ ਹੀ ਮਿਲਣਾ ਸੋ ਉਹ ਸਾਰੀਆਂ ਜਦੋਂ ਸਿਚੁਏਸ਼ਨਸ ਹੁੰਦੀਆਂ ਫਿਰ ਤੁਸੀਂ ਕੀ ਕਰੋ ਜ਼ਰੂਰ ਕਾਲ ਕਰਕੇ ਦੱਸੋ ਲੈਟਸ ਸੀ ਇਹ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈਲੋ ਮੈਨੂੰ ਆਵਾਜ਼ ਨਹੀਂ ਆ ਰਹੀ ਤੁਸੀਂ ਇੰਨੀ ਦੇਰ ਪਲੀਜ਼ ਦੁਬਾਰਾ ਮਿਲਾਓ ਲੈਟਸ ਸੀ ਕੀ ਕਹਿ ਰਹੇ ਹੈ ਹੈਲੋ ਅਰਵਿੰਦ ਜੀ ਹਾਂਜੀ ਸੁਰਜੀਤ ਜੀ ਬਹੁਤ ਬਹੁਤ ਪਿਆਰ ਤੇ ਮੈਂ ਉਹਦਾ ਵਿਸ਼ਾ ਸਾਰਾ ਸੁਣ ਲਿਆ ਠੀਕ ਹੈ ਜੇ ਉਹ ਕੁੜੀ ਨਹੀਂ ਵਿਆਹ ਕਰਾਉਣਾ ਚਾਹੁੰਦੀ ਉਹ ਮੁੰਡੇ ਨਾਲ ਸਾਡੇ ਬਾਪੂ ਜੀ ਨੇ ਬੇਬੇ ਜਿੱਥੇ ਕਰਤਾ ਅਸੀਂ ਕਰਾ ਲਿਆ ਦੇਖੋ ਮੇਰੀਆਂ ਬੱਚੀਆਂ ਦੇ ਜਿੱਥੇ ਮੈਂ ਕਰਤੇ ਉੱਥੇ ਕਰਾ ਲਏ ਕੋਈ ਇਹੋ ਜਿਹਾ ਗੱਲ ਸੀ ਮੇਰੇ ਮੁੰਡੇ ਦਾ ਵੀ ਤੇ ਨਹੀਂ ਅੱਜ ਕੱਲ ਦੇ ਮੁੰਡੇ ਬਹੁਤ ਕੁੜੀਆਂ ਨੂੰ ਛੇੜਦੇ ਆ ਤੇ ਕੁੜੀਆਂ ਦਾ ਵੀ ਕਸੂਰ ਨਹੀਂ ਤੇ ਮੁੰਡਿਆਂ ਦਾ ਵੀ ਕੋਈ ਕਸੂਰ ਨਹੀਂ ਬਹੁਤ ਵਧੀਆ ਸੁਰਜੀਤ ਜੀ ਇਹਨੇ ਬਹੁਤ ਗੰਦ ਪਾ ਰੱਖਿਆ ਤੇ ਫਾਇਦੇ ਵੀ ਹੈ ਨੁਕਸਾਨ ਵੀ ਹੈ ਤੁਸੀਂ ਸਹੀ ਕਹਿ ਰਹੇ ਹੋ ਬਿਲਕੁਲ ਅਰਬਾ ਕਰਵਾ ਤੁਹਾਨੂੰ ਪਿਆਰ ਰਵਿੰਦਰ ਜੀ ਤੇ ਮੈਂ ਭੱਜ ਕੇ ਆਈ ਮੈਂ ਕਹਿੰਦੀ ਰਵਿੰਦਰ ਜੀ ਨੂੰ ਗੱਲ ਅੱਜ ਥੈਂਕ ਯੂ ਸੋ ਮੱਚ ਮੈਂ ਇੰਨੀ ਦੇਰ ਹੋਰ ਕਾਲ ਲੈ ਲੈਣੀ ਆ ਹੈਲੋ ਹਾਂਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਮਨੀ ਜੀ ਦੱਸੋ ਕੁਛ ਨਹੀਂ ਮੈਂ ਪੁੱਛਣਾ ਚਾਹੁੰਦੀ ਸੀ ਉਹ ਮਿਲਿਆ ਕੁੜੀ ਨੂੰ ਕਿ ਬਸ ਮਿਲਿਆ ਮਿਲਿਆ ਹੀ ਵੈਂਟ ਵਾਂਸ ਐਂਡ ਸੌ ਹਰ ਦੇ ਵੈਂਟ ਆਊਟ ਫਾਰ ਅ ਡਿਨਰ ਔਰ ਸਮਥਿੰਗ ਐਂਡ ਦੈਨ ਸ਼ੀ ਇਜ਼ ਵੈਰੀ ਕਲੀਅਰ ਅਬਾਊਟ ਇਟ ਤੇ ਉਹਦਾ ਕੁਝ ਕਿਤੇ ਹੋਰ ਵਿਆਹ ਹੋ ਰਿਹਾ ਕੁੜੀ ਦਾ ਆਈ ਥਿੰਕ ਸ਼ੀ ਹੈਜ਼ ਅ ਬੋਏਫ੍ਰੈਂਡ ਨਾਓ ਬਟ ਉਹ ਮਟੀਰੀਅਲ ਹੈ ਉਹ ਇਹਦਾ ਸਿਰਫ ਇਸ ਵੇਲੇ ਧਿਆਨ ਹਟਾਉਣ ਵਾਲੀ ਗੱਲ ਹੈ ਉਹਨੂੰ ਪਤਾ ਹੈ ਕਿ ਕੋਈ ਫਿਊਚਰ ਨਹੀਂ ਹੈ ਇਸ ਤੋਂ ਬੈਟਰ ਹੈ ਕਿ ਕੁਛ ਹੋਰ ਲਿਖੇ ਕਿ ਮੈਂ ਕੀ ਕਰਨਾ ਚਾਹੁੰਦਾ ਹੁਣ ਹੁਣ ਮੇਰਾ ਗੋਲ ਕੀ ਹੈ 1 ਇਅਰ ਦਾ ਆਈ ਥਿੰਕ ਰਾਈਟਿੰਗ ਇਜ਼ ਆਲਵੇਜ਼ ਹੈਲਪਫੁਲ ਬਟ ਕਈ ਵਾਰੀ ਇਫ ਯੂ ਆਰ ਫੋਕਸਿੰਗ ਟੂ ਮੱਚ ਕਿ ਹਾਂ ਮੈਨੂੰ ਉਹਦੇ 'ਚ ਕੀ ਪਸੰਦ ਹੈ ਦੈਟ ਹੈਜ਼ ਟੂ ਬੀ ਲੈਫਟ ਅਲੋਨ
ਨਹੀਂ ਨਹੀਂ ਉਹਦੇ ਨਾਲ ਪਤਾ ਚੱਲ ਜਾਂਦਾ ਹੈ ਕਿ ਮਤਲਬ ਤੁਹਾਡੀ ਐਕਸੈਸਿਵ ਜਿਹੜੀ ਹੁੰਦੀ ਹੈ ਨਾ ਇਨਕਲੀਨੇਸ਼ਨ, ਹਾਂ ਕਿ ਇਹ ਕੁਝ ਜ਼ਿਆਦਾ ਹੈ, ਮਤਲਬ ਪਤਾ ਚੱਲ ਜਾਂਦਾ ਕਿ ਮੈਂ ਜ਼ਿਆਦਾ ਹੀ ਕਰ ਰਿਹਾ ਇਸ ਚੀਜ਼ ਤੇ ਫੋਕਸ। ਓਕੇ ਠੀਕ ਹੈ ਠੀਕ ਹੈ। ਇਹਦੇ ਨਾਲ ਲਿਖਣਾ ਚਾਹੀਦਾ ਹੈ ਜੋ ਵੀ ਥਾਟਸ ਆ ਰਹੇ ਹੋਣ, ਚਾਹੇ ਪੋਜ਼ਿਟਿਵ ਹੋਣ ਚਾਹੇ ਨੈਗੇਟਿਵ ਹੋਣ। ਅੱਛਾ ਤੇ ਫਿਰ ਉਹ ਕਿੰਨੀ ਵਾਰ ਰਿਪੀਟ ਹੋ ਰਿਹਾ? ਮੈਂ ਤੇ ਐਕਚੁਅਲੀ ਪੜ੍ਹਨ ਵੀ ਬੈਠੇ ਹੁੰਦੇ ਸੀ ਤੇ ਧਿਆਨ ਇਹਦੇ ਉੱਧਰ ਨਾ ਜਾਏ ਤੇ ਮੈਂ ਪਹਿਲੇ ਜੋ ਜੋ ਦਿਮਾਗ 'ਚ ਆ ਰਿਹਾ ਹੁੰਦਾ ਸੀ ਲਿਖ ਲੈਂਦੀ ਸੀ ਪੜ੍ਹਨ ਤੋਂ ਪਹਿਲੇ, ਤਾਂ ਕਿ ਮੈਨੂੰ ਪੜ੍ਹਾਈ ਦੇ ਵਿੱਚ ਡਿਸਟਰਬ ਨਾ ਕਰਨ ਕੋਈ ਵੀ ਥਾਟਸ। ਓ ਨਾਈਸ, ਲਿਖਣ ਨਾਲ ਬਹੁਤ ਹੈਲਪਫੁਲ ਹੁੰਦਾ ਹੈ। ਓਕੇ ਦੈਟਸ ਅ ਗੁੱਡ ਟੈਕਨੀਕ, ਆਈ ਵਿਲ ਟ੍ਰਾਈ ਦੈਟ। ਸੋ ਹਾਂ ਨਹੀਂ ਹੁੰਦੇ, ਮੈਂ ਤੇ ਸੈਸ਼ਨ ਪੜਾਈ ਕਰਨ ਤੋਂ ਪਹਿਲੇ ਪੂਰਾ ਜਾਂ ਕੋਈ ਕੰਮ ਵੀ ਕਰਨੇ ਹੁੰਦੇ ਆ ਹੁਣ ਜਿਦਾ ਆਫਟਰ ਮੈਰਿਜ ਵੀ ਪਹਿਲੇ ਕਰਕੇ ਕਿ ਕੁਝ ਫਿਰ ਪੜਨਾ ਹੋਏ ਤੇ ਪੜਨ ਬੈਠ ਕੇ ਰਾਈਟ ਕਿ ਬਾਹਰ ਨੂੰ ਥਾਟਸ ਵਿੱਚ ਗੈਟ ਇਟ ਆਊਟ ਆਫ ਯੂਰ ਵੇ, ਗੈਟ ਇਟ ਆਊਟ ਆਫ ਯੂਰ ਵੇ। ਥੈਂਕ ਯੂ ਸੋ ਮਚ ਮਨੀ ਜੀ। ਔਰ ਮਨੀ ਜੀ ਦੀ ਹੀ ਇੱਕ ਯੂ ਨੋ ਮੈਂ ਗੱਲ ਸ਼ੇਅਰ ਕਰਾਂਗੀ, ਇਹਨਾਂ ਨੇ ਈਮੇਲ ਲਿਖੀ ਸੀ ਔਰ ਕਿਸੇ ਹੋਰ ਕੇਸ ਦੇ ਕਰਕੇ, ਪਰ ਇੱਥੇ ਵੀ ਔਰ ਉਹ ਸ਼ਾਇਦ ਅੱਜ ਦੇ ਇਰਾ ਵਿੱਚ ਹਮੇਸ਼ਾ ਹੀ ਜਿਹੜੀ ਹੈ ਉਹ ਲਾਗੂ ਹੋ ਸਕਦੀ ਹੈ। ਉਹ ਕਹਿੰਦੇ ਇਨ ਕਲਯੁਗ ਦਿਸ ਇਜ਼ ਦ ਬੈਸਟ ਕਾਇੰਡ ਆਫ ਤਪੱਸਿਆ ਵਨ ਕੈਨ ਡੂ, ਯੂ ਡੂ ਨੋਟ ਹੈਵ ਟੂ ਗੋ ਟੂ ਦ ਫੋਰੈਸਟ ਟੂ ਡੂ ਇਟ। ਸੋ ਇੱਕ ਸੈਲਫ ਕੰਟਰੋਲ, ਜਿਵੇਂ ਵਰਨਜੀਤ ਜੀ ਨੇ ਵੀ ਕਿਹਾ ਕਿ ਮਨ ਜੀਤੇ ਜਗਜੀਤ, ਕਿ ਇੱਕ ਸੈਲਫ ਕੰਟਰੋਲ ਕਿ ਮੇਰਾ ਮਨ ਕਿੱਥੇ ਜਾ ਰਿਹਾ, ਮੇਰੇ ਕੰਟਰੋਲ 'ਚ ਹੈ, ਕਿਸੇ ਹੋਰ ਦੇ ਕੰਟਰੋਲ 'ਚ ਨਹੀਂ ਹੈ। ਉਹਨੂੰ ਕਿਵੇਂ ਕਰਨਾ ਹੈ, ਉਹ ਜਿਹੜੀ ਹੈ ਨਾ ਘਰ ਬੈਠੇ ਹੀ ਕੰਮ ਕਰਦੇ ਹੋਈ ਉਹੀ ਤਪੱਸਿਆ ਅੱਜ ਦੀ ਤਪੱਸਿਆ ਹੈ, ਕਿ ਤੁਸੀਂ ਆਪਣੇ ਮਨ ਨੂੰ ਕਿਵੇਂ ਕੰਟਰੋਲ ਕਰਦੇ, ਦਿਮਾਗ ਨੂੰ ਕਿਵੇਂ ਕੰਟਰੋਲ ਕਰਦੇ ਹੋ। ਸੋ ਸਬਸਟੀਟਿਊਟ ਕਰਨਾ ਬਹੁਤ ਜ਼ਰੂਰੀ ਹੈ ਔਰ ਥੋਟਸ ਨੂੰ ਸੋ ਕਿਸੇ ਹੋਰ ਪਾਸੇ ਲਾਓ। ਗੋਲ ਇੱਕ, ਜਿਵੇਂ ਇੱਕ ਤਾਂ ਮਨੀ ਜੀ ਨੇ ਜਿਵੇਂ ਕਿਹਾ ਵੀ ਲਿਖ ਕੇ ਦੇਖ ਲਓ, ਸ਼ਾਇਦ ਉਹਦੇ ਨਾਲ ਇੰਟੈਂਸਿਟੀ ਤੁਹਾਨੂੰ ਆਪ ਹੀ ਲੱਗ ਜਾਵੇ ਵੀ ਨਹੀਂ ਇਹਦੇ ਤਾਂ ਕੋਈ ਐਸੀ ਗੱਲ ਨਹੀਂ ਸੀ। ਜਾਂ ਫਿਰ ਸਾਲ 'ਚ ਮੈਂ ਕੀ ਕਰਨਾ, ਥੋਟ ਤੁਸੀਂ ਵਰਕ ਓਰੀਐਂਟਿਡ ਜਾਂ ਗੋਲ ਓਰੀਐਂਟਿਡ ਹੋ ਜਾਓ ਵੀ ਹਾਂ ਮੈਂ ਇੱਥੇ ਇਹ ਕਰਨਾ, ਮੈਂ ਕਰ ਰਿਹਾ ਕਿ ਨਹੀਂ ਕਰ ਰਿਹਾ। ਸੋ ਅਟੈਂਡ ਮੋਰ ਟੂ ਸਮ ਅਦਰ ਗੋਲਸ, ਦੈਟਸ ਵਾਟ ਵੀ ਮੀਨ। ਸੋ ਬਹੁਤ ਸਾਰੀਆਂ ਦੀਆਂ ਗੱਲਾਂ ਇਹਨਾਂ ਨੇ ਸੁਣੀਆਂ ਹੋਣੀਆਂ, ਹੋਪਫੁਲੀ ਇਹਨਾਂ ਨੂੰ ਫਾਇਦਾ ਹੋਏਗਾ। ਔਰ ਬਹੁਤ ਸਾਰੀਆਂ ਹੋਰ ਕਾਲਸ ਆ ਰਹੀਆਂ ਜਿਹੜੀਆਂ ਮੈਂ ਨਹੀਂ ਲੈ ਸਕਦੀ, ਪਲੀਜ਼ ਮੈਨੂੰ arvind@justbroadcasting.com ਈਮੇਲ ਲਿਖ ਸਕਦੇ ਹੋ ਜਾਂ ਫੇਸਬੁੱਕ ਪੇਜ ਦੇ ਉੱਤੇ ਮੈਸੇਜ ਪਾ ਸਕਦੇ ਹੋ। ਮੈਂ ਜ਼ਰੂਰ ਇਸ ਮੁੰਡੇ ਨੂੰ ਜ਼ਰੂਰ ਯੂ ਨੋ ਪਾਸ ਔਨ ਕਰ ਦਾਂਗੀ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।